ਭਗਤ ਸਿੰਘ ਇੱਕ ਸਾਰੀ ਉਮਰ ਲੜਿਆ ਲੋਕਾਂ ਲਈ ਉਹ ਉਹ 23 ਸਾਲ ਦੀ ਉਮਰ ਤੇ ਕੀਦਾ ਜੀ ਕਰਦਾ ਦੱਸੋ ਕੌਣ ਮਰ ਸਕਦਾ ਇਦਾਂ ਇਹੋ ਜਿਹੀਆਂ ਗੱਲਾਂ ਕਰਦਾ ਤਾਂ ਉਹ ਇੱਕ ਸ਼ਬਦ ਵਿੱਚ ਬਣਦੇ ਨੇ ਇਹ ਤਾਂ ਕਾਮਰੇਡ ਆ ਜੀ ਕਾਮਰੇਡ ਬਣਨਾ ਜਾਂ ਕਮਿਊਨਿਸਟ ਬਣਨਾ ਇੱਕ ਬਹੁਤ ਔਖਾ ਕੰਮ ਹੈ ਐਂ ਗੱਲਾਂ ਕਰਕੇ ਵੀ ਉਹ ਕਾਮਰੇਡ ਆ ਉਹ ਮਤਲਬ ਦੂਜਾ ਵਾ ਉਹ ਤੀਜਾ ਵਾ ਐ ਕਰਕੇ ਤੁਸੀਂ ਭੰਡੀ ਚੱਲੋ ਸਾਰਿਆਂ ਨੂੰ ਦੱਸਾਂ ਗੁਰੂਆਂ ਦੇ ਨਾਮ ਤੱਕ ਨਹੀਂ ਆਪਣੇ ਪੰਜਾਬੀ ਬੱਚਿਆਂ ਨੂੰ ਚੇਤੇ ਕਿਉਂ ਨਹੀਂ ਚੇਤੇ ਹੈਗੇ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਦੇ ਹੱਥਾਂ ਤੇ ਚੱਟਾ ਟਿਕ ਗਿਆ ਜੇ ਫਿਰ ਉਹ ਹੀ ਨਾ ਵਿਚਾਰਤਾ ਰਾਣਾਵਾਂ ਨਾਲ ਜੁੜੇ ਹੁੰਦੇ ਫਿਰ ਕਿਵੇਂ ਚੱਟਾ ਟਿਕਦਾ ਮੈਂ 75 76 ਸਾਲ ਬੀਤ ਗਿਆ ਆਜ਼ਾਦੀ ਦੇ ਅਸੀਂ ਮਤਲਬ ਇਸ ਇਸ ਪੋਜੀਸ਼ਨ ਦੇ ਵਿੱਚੋਂ ਇਸ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਸੀਗੀ ਪੱਗ ਸਿੰਘ ਨੇ ਅੱਜ ਜੇ ਸਾਡੀ ਸਮਝ ਨਹੀਂ ਤੇ ਇਸੇ ਕਰਕੇ ਅਸੀਂ ਕਹਿੰਨੇ ਆ ਕਿ ਅੱਤਵਾਦੀ ਬਣਾ ਦਿੰਨੇ ਆ ਕਦੇ ਸਿਰ ਤੇ ਅਸੀਂ ਪੱਗ ਧਰ ਲੈਣੇ ਆ ਕਦੇ ਟੋਪ ਧਰ ਲੈਣੇ ਆ ਕਿ ਇਹ ਸੋਚੀਆਂ ਸਮਝੀਆਂ ਚੱਲਣਾ ਨੇ ਸਾਰਾ ਕੁਝ ਐਵੇਂ ਨਹੀਂ ਪੱਗ ਸਿੰਘ ਨੂੰ ਮਤਲਬ ਤੁਸੀਂ ਅੱਤਵਾਦੀ ਕਹਿ ਰਹੇ ਹੋ ਐਵੇਂ ਨਹੀਂ ਤੁਸੀਂ ਗੱਡੀ ਦੇ ਮਗਰ ਲਿਖ ਰਹੇ ਹੋ ਕਿ ਖੰਗੀ ਸੀ ਤਾਂ ਟੰਗੇ ਸੀਗੇ ਮਤਲਬ ਇਹ ਗੱਲਾਂ ਕਿੱਥੋਂ ਆ ਗਈਆਂ ਇਦਾਂ ਹੀ ਹੱਟ ਪਿੱਛੇ ਮਿੱਤਰਾਂ ਦੀ ਮੁੱਚ ਦਾ ਸਵਾਲ ਹੈ ਜਿਹੜਾ ਐਂ ਕਹਿ ਰਿਹਾ ਪੀ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੂਗੀ ਜਿੰਨਾ ਚਿਰ ਤੱਕ ਮਨੁੱਖ ਹੱਥੋਂ ਮਨੁੱਖ ਦੇ ਲੁੱਟ ਨਹੀਂ ਖਤਮ ਹੋ ਜਾਂਦੀ ਉਹ ਬੰਦਾ ਇਹ ਉਹਦੇ ਲਈ ਮੁੱਚ ਦਾ ਸਵਾਲ ਕਿੱਥੋਂ ਆ ਗਿਆ ਉਹਦੇ ਲਈ ਅਗਰ ਸਿੰਘ ਹੋਣਾ ਦਾ ਪੰਜਾਬ ਹੈ ए, ए, मगर मगर मेरा सुखदेव होना ਦਾ ਪੰਜਾਬ ਹੈ ਬਾਬਾ ਨਾਨਕ ਜਿਸ ਧਰਤੀ ਤੇ ਹੈ ਗੁਰੂ ਗੋਬਿੰਦ ਸਿੰਘ ਜਿਸ ਧਰਤੀ ਤੇ ਹੈ ਤੇ ਜਾਤ ਪਾਤ ਇਥੋਂ ਖਤਮ ਨਹੀਂ ਹੁੰਦੀ ਮੈਂ ਆਪ ਹੀ ਦੇਖ ਲਓ ਤੁਸੀਂ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਅਲੱਗ-ਅਲੱਗ ਗੁਰਦੁਆਰੇ ਨੇ ਸਮਸ਼ਾਨ ਘਾਟਾ ਅਲੱਗ-ਅਲੱਗ ਨੇ ਚੰਪਾ ਤਾਂ ਬਣਾ ਲਈ ਸ਼ਰਮਾ ਤੁਹਾਡੇ ਮਗਰ ਨਾਮ ਅਗਰੋਂ ਨਹੀਂ ਲਿਆ ਮੇਰੇ ਨਾਮ ਤੋਂ ਪੂਛ ਹਟਾਉਣ ਨਾਲ ਕੀ ਸਾਰਾ ਕੁਝ ਬਦਲ ਜਾਏਗਾ ਮੇਰਾ ਕੀ ਖਸੂਰ ਹੈ ਕਿ ਜੇ ਮੈਂ ਸੂਕਾੜ ਪੰਡਤਾਂ ਦੇ ਘਰ ਤੇ ਜੰਮ ਗਿਆ ਤੁਸੀਂ ਦੇਖਿਆ ਨਹੀਂ ਪੜ੍ਹਿਆ ਨਹੀਂ ਸੁਣਿਆ ਨਹੀਂ ਪੰਡਤ ਦੇ ਘਰ ਦੇ ਵਿੱਚ ਜੰਮ ਕੇ ਮੈਂ ਉਸ ਤੁਰ ਅੰਦਰ ਤੱਕ ਉਸ ਸਮਾਜ ਦੀ ਗੱਲ ਕੀਤੀ ਹੈ ਜਿਹੜਾ ਬਿਲਕੁਲ ਗਰੀਬੀ ਤੋਂ ਵੀ ਕਿੰਨਾ ਕਿੰਨਾ ਹਟਾ ਜਿਨ੍ਹਾਂ ਲੋਕਾਂ ਦੀ ਕੋਈ ਗੱਲ ਨਹੀਂ ਕਰ ਰਿਆ ਜਿਨ੍ਹਾਂ ਨੂੰ ਸਿਰਫ ਬੋਟ ਪਰਚੀਆਂ ਥੋੜੇ ਦੇ ਪੰਜ ਸਾਲਾਂ ਦੇ ਵਿੱਚ ਜੀ ਤੇ ਉਹਨਾਂ ਲੋਕਾਂ ਦੀ ਗੱਲ ਕੌਣ ਕਰੂਗਾ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਕਤਾ ਪ੍ਰੋਗਰਾਮ ਦਿਲਦਾਰ ਬੰਦੇ ਲੈ ਕੇ ਆਇਆ ਤੇ ਅੱਜ ਦਿਲਦਾਰ ਬੰਦਾ ਲੱਭਿਆ ਉਹ ਬੰਦਾ ਜੋ ਹਿਮਾਚਲ ਤੋਂ ਚੱਲਦਾ ਹੈ ਪੰਜਾਬ ਆਉਂਦਾ ਹੈ ਪੰਜਾਬ ਆ ਕੇ ਆਪਣੀ ਐਜੂਕੇਸ਼ਨ ਜਾਰੀ ਰੱਖਦਾ ਹੈ ਫਿਰ ਪੰਜਾਬੀ ਸਿੱਖਦਾ ਹੈ ਫਿਰ ਪੰਜਾਬੀ ਰਾਹੀਂ ਪੰਜਾਬੀਆਂ ਦੀ ਸੇਵਾ ਕਰਦਾ ਹੈ ਮਤਲਬ ਲੋਕਾਂ ਦੇ ਵਿੱਚ ਰੰਗਮੰਚ ਰਾਹੀਂ ਲੋਕਾਂ ਦੀ ਬਾਤ ਪਾਉਂਦਾ ਹੈ ਸੁਰਿੰਦਰ ਸ਼ਰਮਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ। ਸ਼ੁਕਰੀਆ ਹੈਪੀ ਪਕਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦਿਲਦਾਰ ਬੰਦੇ ਵਿੱਚ ਬਿਲਕੁਲ ਸਹੀ ਵੀਰੇ। ਅਜੇ ਪਹਿਲਾਂ ਤਾਂ ਹਿਮਾਚਲ ਵਾਲੀ ਗੱਲ ਦੱਸੋ ਹਿਮਾਚਲੋਂ ਜਦੋਂ ਆਏ ਸੀਗੇ ਹਾਂਜੀ ਇੱਕ ਹਿਮਾਚਲ ਤੋਂ ਹਾਲਾਂਕਿ ਚਲੋ ਆਪ ਹੈ ਤਾਂ ਆਪਣਾ ਇੱਕ ਦੇਸ਼ ਹੈ ਵੱਖ-ਵੱਖ ਰੰਗ ਨੇ ਪਰ ਇੱਕ ਵੱਖਰੀ ਥਾਂ ਇੱਕ ਉਤਤਵਾਰ ਪੰਜਾਬ ਆ ਜਾਣਾ ਤਾਂ ਫਰਕ ਤਾਂ ਪੈਂਦਾ ਹੀ ਹੈ ਨਾ ਅ ਫਰਕ ਹੈਪੀਪਕ ਤਾਂ ਜੀ ਬਹੁਤ ਪੈਂਦਾ ਹੈ ਅ ਮੈਂ ਹਿਮਾਚਲ ਤੋਂ ਪੰਜਾਬ ਦੇ ਵਿੱਚ 1988 ਦੇ ਵਿੱਚ ਆਇਆ ਸੀ ਹੂੰ 1988 ਹਿਮਾਚਲ ਤੋਂ ਪੰਜਾਬ ਚ ਵੀ ਮੈਂ ਸਿੱਧਾ ਨਹੀਂ ਆਇਆ ਮੈਂ ਬਾਇਆ ਬੰਬੇਓ ਕੇ ਆਏ ਆ अच्छा ही ਤੇ ਪਰ ਬਹੁਤਿਆਂ ਨੂੰ ਇਹ ਲੱਗਦਾ ਕਿ ਕਿਉਂਕਿ ਮੈਂ ਰੰਗਮਾਂਚ ਨਾਲ ਜੁੜਿਆ ਹਾਂ ਵੀ ਵੀ ਤਾਂ ਬੰਬੇ ਗਏ ਸੀ ਵੀ ਤਾਂ ਮੈਂ ਬੰਬੇ ਵੀ ਫਿਲਮਾਂ ਦੇ ਚੱਕਰ ਪਹਿਲਾਂ ਹੀ ਸੀਗਾ ਤੇ ਪਰ ਇਦਾਂ ਦਾ ਕੁਝ ਨਹੀਂ ਸੀਗਾ ਉਦੋਂ ਮੈਨੂੰ ਮਤਲਬ ਐਕਟਿੰਗ ਦਾ ਜਾਂ ਇਸ ਕਿਸਮ ਦਾ ਮੇਰੇ ਨਾਲ ਕੋਈ ਮਤਲਬ ਲਾਗਾ ਤੇਗਾ ਕੋਈ ਨਹੀਂ ਸੀ ਪਹਿਲਾਂ ਸੀਗਾ ਜੀ ਬੰਬੇ ਮੈਂ ਕੰਮ ਕਰਨ ਚੱਲਾ ਗਿਆ ਸੀਗਾ ਦਸਵੀਂ ਦੇ ਪੇਪਰ ਦੇਣ ਤੋਂ ਬਾਅਦ ਦਸਵੀਂ ਖਤਮ ਕਰਨ ਤੋਂ ਬਾਅਦ ਕੰਮ ਕੀ ਕਰਨ ਗਏ ਸੀ ਕੰਮ ਮੈਂ ਉੱਥੇ ਜੌਬ ਉਹਦੇ ਚ ਇੱਕ ਮਿਲ ਦੇ ਵਿੱਚ ਕੰਮ ਕਰਦਾ ਸੀ ਯਾਰ ਫੈਕਟਰੀ ਸੀ ਤਾਂ ਅੱਗੇ ਦੀ ਫੈਕਟਰੀ ਸੀਗੀ ਜੀ ਜਿਵੇਂ ਸਾਡੇ ਹਿਮਾਚਲ ਤੋਂ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਬੰਬੇ ਦਿੱਲੀ ਲੁਧਿਆਣਾ ਚੰਡੀਗੜ੍ਹ ਮਤਲਬ ਇਦਾਂ ਜੌਬਸ ਕਰਦੇ ਆ ਕਿ ਨੌਕਰੀਆਂ ਕਰਦੇ ਨੇ ਜੀ ਮੇਰਾ ਪਿੰਡ ਜਿਹੜਾ ਹੈਗਾ ਗੋਬਿੰਦ ਸਾਗਰ ਝੀਲ ਦੇ ਬਿਲਕੁਲ ਕੰਡੇ ਤੇ ਆ ਪਿੰਡ ਹੈ ਹ ਜੇਜਮੀ ਡੋਹਗ ਐਕਚੁਅਲੀ ਡੋਹਗ ਪਿੰਡ ਆ ਮੇਰੇ ਨਾਲ ਬਿਲਕੁਲ ਝੀਲ ਦੇ ਕਿਨਾਰੇ ਤੇ ਹ ਬਿਲਕੁਲ ਇਨ ਸੈਂਸ ਕਿ 1/2 ਕਿਲੋਮੀਟਰ ਉੱਚਾ ਪਹਾੜੀ ਨਾ ਹੋ ਟਕੇ ਪਰ ਸਾਡੇ ਉਹਦੇ ਵਿੱਚ ਆ ਸਾਡਾ ਜਿਹੜਾ ਪਿੰਡ ਹੈਗਾ ਉਹ ਤਿੰਨ ਪਾਸੇ ਤੋਂ ਗੋਬਿੰਦ ਸਾਗਰ ਝੀਲ ਨਾਲ ਕਿਰਿਆ ਆ ਇੱਕ ਪਾਸੇ ਉਹ ਪੰਜਾਬ ਨਾਲ ਬਾਇਆ ਉਨਾਂ ਜੁੜਿਆ ਹੈ ਸੋ ਉਦੋਂ ਖਾਸੀਆਂ ਸਹੂਲਤਾਂ ਤੋਂ ਬਿਹਾਉਣੇ ਸੀਗੇ ਸਖਣੇ ਸੀਗੇ ਅਸੀਂ ਅ ਕਾਲਜ ਵੀ ਕੋਈ ਬਹੁਤ ਨੇੜੇ ਨਹੀਂ ਸੀ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਸੀ ਕਿ ਅਸੀਂ ਸਾਨੂੰ ਕਾਲਜ ਕਾਲਜੇਸ ਦੇ ਵਿੱਚ ਪੜਾ ਸਕੀਏ ਅ ਮੇਰੇ ਫਾਦਰ ਮੇਰੇ ਪੇਰੈਂਟਸ ਇਹ ਨਹੀਂ ਅਫੋਰਡ ਕਰ ਸਕਦੇ ਸੀਗੇ ਖਰਚ ਗਰੀਬੀ ਸੀ ਖਾਸੀ ਫਿਰ ਮੈਂ ਇਹ ਫੈਸਲਾ ਕੀਤਾ ਕਿ ਮੈਂ ਮਤਲਬ ਮੇਰੇ ਮਾਮਾ ਜੀ ਕੋਥੇ ਦੂਰੋਂ ਰਿਸ਼ਤੇਦਾਰੀ ਚ ਮਾਮਾ ਜੀ ਰਹਿੰਦੇ ਸੀਗੇ ਤੇ ਮੈਂ ਬੰਬਈ ਚਲਾ ਗਿਆ ਉਹਨਾਂ ਨਾਲ ਉਹਨਾਂ ਨੇ ਮੈਨੂੰ ਉਹ ਜੌਬ ਚ ਪਾਤਾ ਉੱਥੇ ਮਤਲਬ ਕਿਸੇ ਫੈਕਟਰੀ ਚ ਚਲਵਾਤਾ ਜੀ ਪਰ ਚਾਂਦ ਉੱਥੇ ਇੱਕ ਬੰਦਾ ਮਿਲਿਆ ਮੇਰੇ ਮਾਮਾ ਜੀ ਦਾ ਹੀ ਦੋਸਤ ਸੀਗਾ ਉਹ ਗਾਂਹ ਤੇ ਜਦੋਂ ਅਸੀਂ ਸਾਡਾ ਮੇਲ ਹੋਇਆ ਤੇ ਉਹਨੇ ਮੈਨੂੰ ਯਾਦ ਆ ਉਹ ਸ਼ਬਦ ਹੱਲੇ ਵੀ ਕਿ ਉਹ ਕਹਿੰਦਾ ਤੂੰ ਐ ਚੀਕਨਾ ਜਿਹਾ ਮੁੰਡਾ ਕਿੱਥੇ ਫਸਾਤਾ ਇੱਥੇ ਲਿਆ ਕੇ ਮੇਰੇ ਦਾੜੀ-ਧੂੜੀ ਕੁਛ ਐ ਨਹੀਂ ਸੀ ਗਲਨ ਸ਼ੇਪ ਸੀਗਾ ਕਲੀਨ ਸ਼ੇਪ ਸੀਗਾ ਮੈਂ ਆਈ ਹੀ ਨਹੀਂ ਸੀ ਦਾੜੀ ਹੱਲੇ ਤੇ ਐਨ ਗੋਰਾ ਚਿੱਟਾ ਮੁੰਡਾ ਮੈਂ ਤੇ ਮੈਨੂੰ ਕਹਿੰਦੇ ਆ ਰਾ ਇਹ ਤਾਂ ਬਹੁਤ ਗਲਤ ਆ ਗਲਤੀ ਤੇ ਮੈਨੂੰ ਵੀ ਪੜਨ ਦਾ ਸੀਗਾ ਵੀ ਮੈਂ ਪੜਾਂ ਅੱਗੇ ਕੁਝ ਕਰਾਂ ਉਹਨਾਂ ਨੇ ਉਹ ਬੰਦਾ ਲੁਧਿਆਣੇ ਤੋਂ ਟੈਕਸਟਾਈਲ ਕਾਲਜ ਲੁਧਿਆਣੇ ਇੱਕ ਜੀ ਉਹਦੇ ਚੋਂ ਡਿਪਲੋਮਾ ਕਰਕੇ ਗਿਆ ਸੀ ਟੈਕਸਟਾਈਲ ਦਾ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਅੰਦੇ ਤੂੰ 1 ਸਾਲ ਦਾ ਡਿਪਲੋਮਾ ਉਹ 3 ਸਾਲ ਦਾ ਡਿਪਲੋਮਾ ਕਰਕੇ ਗਿਆ ਸੀ ਉੱਥੇ 1 ਸਾਲ ਦਾ ਸੀਗਾ ਦੂਜਾ ਜਿਹਨੂੰ ਕਹਿੰਦੇ ਆਪਾਂ ਸਰਟੀਫਿਕੇਟ ਕੋਰਸ ਜੀ ਵੀ ਤੁਸੀਂ ਉਹ ਕੋਰਸ ਕਰੋ ਤੇ ਫਿਰ ਬਾਅਦ ਦੇ ਵਿੱਚ ਹੀ ਤੁਹਾਨੂੰ ਸੈੱਟ ਕਰ ਲਾਂਗੇ ਅਸੀਂ ਇੱਥੇ ਜੀ ਮੈਂ ਜਦੋਂ ਇੱਥੇ ਪੰਜਾਬ ਚ ਆਇਆ ਤਾਂ ਉਹ ਮੈਂ ਇਸ ਕਾਲਜ ਚ ਆਇਆ ਉੱਥੇ 14 ਸੀਟਾਂ ਸੀਗੀਆਂ ਸਾਰੀਆਂ ਟੋਟਲ ਚ 14 ਸੀ ਜਿਹੜੇ ਕਾਲਜ ਪੜ੍ਹਨਾ ਹੈ ਆ ਜਿਹੜੇ ਚ ਮੈਂ ਪੜਨਾ ਸੀ 15 ਸੀਟਾਂ ਸੀਗੀਆਂ 14 ਪੰਜਾਬ ਲਈ ਰੱਖੀਆਂ ਸੀ ਇੱਕ ਸੀਟ ਅਦਰ 스테ਟਸ ਲਈ ਸੀ ਜੀ खासा ਔਖਾ ਕੰਪੀਟੀਸ਼ਨ ਸੀ ਪਰ ਮੈਂ ਇੱਕ ਸੀਟ ਦੇ ਵਿੱਚੋਂ ਕੰਪੀਟ ਕੀਤਾ ਮੈਂ ਐਡਮਿਸ਼ਨ ਲਈ ਉਹਦੇ ਚ ਤਾਂ ਪੰਜਾਬ ਆ ਗਏ ਤੇ ਮੈਂ ਪੰਜਾਬ ਆ ਗਿਆ ਇੱਕ ਅਦਰ 스테ਟ ਦੀ ਤੁਹਾਨੂੰ ਸੀਟ ਮਿਲ ਗਈ ਜੀ ਤੇ ਆ ਗਏ ਪੰਜਾਬ এডਿਕੇਸ਼ਨ ਸ਼ੁਰੂ ਹੋ ਗਈ ਪੰਜਾਬੀ ਸਿੱਖਣ ਦਾ ਸਬਬ ਕਿਵੇਂ ਬਣਿਆ ਤੁਸੀਂ ਕਹਿੰਦੇ ਕਿ ਬਸ ਦਾ ਨਾਂ ਨਹੀਂ ਪੜਿਆ ਜਾਂਦਾ ਸੀਗਾ ਮੇਥੋਂ ਜੀ ਬਿਲਕੁਲ ਹੈਪੀ ਭਗਤਾ ਜੀ ਇਹ ਇੱਕ ਬਹੁਤ ਮੈਨੂੰ ਲੱਗਦਾ ਕਿ ਇਹ ਮੈਨੂੰ ਉਸ ਇੱਕ ਘਟਨਾ ਨੇ ਮੇਰੀ ਲਾਈਫ ਵੀ ਮਤਲਬ ਬਦਲ ਦਿੱਤੀ ਮਤਲਬ ਇੱਕ ਕਿਸਮ ਦਾ ਵੈਸੇ ਬਹੁਤ ਕੁਝ ਹੋਰ ਚੀਜ਼ਾਂ ਬਹੁਤ ਕਾਊਂਟ ਕਰਦੀਆਂ ਨੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੇ ਜਾਂ ਬਹੁਤ ਸਾਰੇ ਆਧਾਰ ਜਾਂ ਸਰਕਮਸਟੈਂਸਿਸ ਨੇ ਜਿਨ੍ਹਾਂ ਕਰਕੇ ਮੈਂ ਪੰਜਾਬ ਪੰਜਾਬ ਦੇ ਵਿੱਚ ਰਹਿਆ ਪਰ ਉਹਦੇ ਵਿੱਚ ਇੱਕ ਮੁੱਖ ਘਟਨਾ ਇਹ ਵੀ ਹੈਗੀ ਆ ਕਿ ਜਦੋਂ ਮੈਂ ਇਹ ਸਾਡਾ ਕਾਲਜ ਸੀਗਾ ਦ੍ਰੈਸੀ ਗਰਾਉਂਡ ਕੋਲੇ ਕਿਲੇ ਦੇ ਵਿੱਚ ਲੁਧਿਆਣੇ ਦੇ ਵਿੱਚ ਜੀ ਤੇ ਮੈਂ ਢੋਲੇ ਵਾਲ ਚੌਂਕ ਰਹਿੰਦਾ ਸੀਗਾ ਸ਼ੁਰੂਆਤ ਹੀ ਮੇਰੀ ਜਿਹੜੀ ਰਿਹੈਸ਼ ਸੀਗੀ ਢੋਲੇ ਵਾਲ ਚੌਂਕ ਸੀਗੀ ਢੋਲੇ ਵਾਲ ਚੌਂਕ ਤੋਂ ਮੈਂ ਲੋਕਲ ਬੱਸ ਦੇ ਵਿੱਚ ਨਵੇਂ ਬੱਸ ੱਡੇ ਹੁੰਦਾ ਸੀ ਜਿਹੜਾ ਲੁਧਿਆਣੇ ਦਾ ਬੱਸ ੱਡਾ ਹੂੰ ਉਸ ਤੋਂ ਲੋਕਲ ਅੱਡਾ ਹੁੰਦਾ ਸੀਗਾ ਰੇਲਵੇ ਸਟੇਸ਼ਨ ਦੇ ਬਿਲਕੁਲ ਮੂਰੇ ਜੀ ਉੱਥੋਂ ਫਿਰ ਅਸੀਂ ਤੁਰ ਕੇ 2.5 ਕਿਲੋਮੀਟਰ ਕਾਲਜ ਤੱਕ ਜਾਂਦੇ ਸੀ ਹੂੰ ਮੈਂ ਜਿਹੜੀ ਵੀ ਲੋਕਲ ਬੱਸ ਟੋਲਰ ਚੌਂਕ ਤੋਂ ਆਉਂਦੀ ਸੀ ਉਹਨੇ ਨਵੇਂ ਅਡੇ ਆਉਣਾ ਹੀ ਆਣਾ ਸੀ ਪਰ ਨਵੇਂ ਅਡੇ ਤੋਂ ਫਿਰ ਬੱਸਾਂ ਚੇਂਜ ਹੁੰਦੀਆਂ ਸੀਗੀਆਂ ਜੀ ਮੈਂ ਉੱਥੋਂ ਤੱਕ ਤਾਂ ਆ ਗਿਆ ਬੱਸ ਦੇ ਵਿੱਚ ਉਸ ਦਿਨ ਜਦੋਂ ਨਵੇਂ ਅਡੇ ਤੋਂ ਲੋਕਲ ਅਡੇ ਜਾਣਾ ਸੀਗਾ ਫਿਰ ਮੈਨੂੰ ਬੱਸ ਪੁੱਛਣਾ ਪੈਣਾ ਸੀ ਕਿ ਬੱਸ ਕਿਹੜੀ ਜਾਂਦੀ ਹੈ ਨਾ ਨਹੀਂ ਬੜਿਆ ਜਾ ਰਿਹਾ ਸੀ ਉਹ ਮੈਂ ਮੇਰੇ ਅੱਜ ਕਿਤਾਬਾਂ ਪੜ੍ਹੀਆਂ ਤੇ ਮੈਂ ਹੂੰ ਕੋਸ਼ਿਸ਼ ਇਹ ਮੇਰੇ ਖਿਆਲ ਚ ਹਰ ਬੰਦੇ ਦੀ ਕਰਿਓਸਿਟੀ ਹੁੰਦੀ ਹੈ ਹਨਾ ਵੀ ਯੂਨੋ ਪਤਾ ਲੱਗੇ ਹਾਂ ਜਾਂ ਦੇਖੇ ਵੀ ਪਈ ਜਿਹੜੀ ਚੀਜ਼ ਉਹਨੇ ਹੈਗੀਆ ਪਤਾ ਲੱਗੇ ਭਮੇਨਾ ਹੂੰ ਮੈਂ ਜਦੋਂ ਬੋਰਡ ਦੇਖਿਆ ਬਸ ਦਾ ਤੇ ਮੈਨੂੰ ਪਤਾ ਤਾਂ ਲੱਗਿਆ ਨਹੀਂਗਾ ਰੂਮੇ ਦੇਖ ਲਿਆ ਵੀ ਬੋਰਡ ਵੀ ਜਿਵੇਂ ਕੋਈ ਕੋਸ਼ਿਸ਼ ਕਰਦਾ ਬੰਦਾ ਜੀ ਉਹ ਮੈਂ ਬਜ਼ੁਰਗ ਬੈਠੇ ਸੀ ਉੱਥੇ ਟਾਕੀ ਕੋਲੇ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਵੀ ਯਾਰ ਇਹ ਬਸ ਕਿੱਥੇ ਜਾਣੀ ਆ ਤੇ ਉਹਨੇ ਇੱਕ ਬੜਾ ਮਤਲਬ ਖੂਬਸੂਰਤੀ ਸ਼ਬਦ ਵਿੱਚ ਕਹਿਣਾ ਉਹ ਹਮੇਸ਼ਾ ਕਿ ਉਹਨੇ ਕਿਹਾ ਇਹ ਤੂੰ ਜਵਾਨਾ ਮੇਰੇ ਨਾਲ ਚਿਹੜਾ ਕਰਦਾ ਹਾਂ ਹਾਂ ਹੱਥ 'ਚ ਤੇਰੇ ਕਿਤਾਬਾਂ ਫੜੀਆਂ ਤੇ ਤੂੰ ਮਤਲਬ ਬੋਰਡ ਪੜ ਲਿਆ ਪੜਿਆ ਲਿਖਿਆ ਤੂੰ ਫੇਰ ਵੀ ਮੈਨੂੰ ਪੁੱਛ ਰਹੀਆਂ ਜਾਣ ਕੇ ਪੁੱਛ ਰਹੀਆਂ ਵੀ ਤੂੰ ਬਸ ਕਿੱਥੇ ਜਾਣੀ ਐ ਤੇ ਉਦੋਂ ਮੈਨੂੰ ਚਿਹੜਾਂ ਦਾ ਅਰਥ ਨਹੀਂ ਸੀ ਪਤਾ ਕਿ ਚਿਹੜਾਂ ਕੀ ਹੁੰਦੀਆਂ ਪਰ ਮੈਨੂੰ ਇਹ ਲੱਗਿਆ ਵੀ ਯਾਰ ਇਹ ਮੈਨੂੰ ਨੇ ਵੀ ਮਤਲਬ ਮੈਨੂੰ ਬੇਇਜ਼ਤੀ ਜੀ ਲੱਗੀ ਆਪਣੀ ਮੈਂ ਬਸ ਬੈਠਿਆ ਉਹੀ ਬਸ ਸੀ ਮੈਂ ਚਲਾ ਗਿਆ ਲੋਕਲ ਅੱਡੇ ਤੂੰ ਜਦੋਂ ਕਾਲਜ ਤੱਕ ਮੈਂ ਗਿਆ ਤੁਰਕੇ ਤਾਂ ਮੈਂ ਆਪਣੇ ਮਨ 'ਚ ਇਹ ਫੈਸਲਾ ਜਿਆ ਕਰ ਲਿਆ ਵੀ ਯਾਰ ਮੈਂ ਨਹੀਂ ਪੰਜਾਬ 'ਚ ਨਹੀਂ ਰਹਿਣਾ ਪੰਜਾਬ ਛੱਡ ਦੇਣਾ ਪੰਜਾਬ ਛੱਡ ਦੇਣਾ ਇੱਕ ਜੀ ਨਹੀਂ ਲੱਗਿਆ ਮੈਂ ਮੇਰਾ ਉਦੋਂ ਤੱਕ ਕੋਈ ਫਰੈਂਡ ਸਰਕਲ ਨਹੀਂ ਸੀਗਾ ਜੀ ਪਰ ਜਦੋਂ ਵਾਪਸੀ ਤੇ ਮੈਂ ਆਇਆ ਤੇ ਚੌੜੇ ਬਾਜ਼ਾਰ ਦੇ ਵਿੱਚੋਂ ਅਸੀਂ ਲੰਘਦੇ ਬੁੱਕਸ ਮਾਰਕਟ ਲੁਧਿਆਣੇ ਚੌੜੇ ਬਾਜ਼ਾਰ ਚ ਮਸ਼ਹੂਰ ਹੈ ਜਦੋਂ ਉੱਥੋਂ ਲੰਘੇ ਤਾਂ ਮੇਰੇ ਦਿਮਾਗ 'ਚ ਇੱਕਦਮ ਖਿਆਲ ਆਇਆ ਵੀ ਯਾਰ ਐਂ ਕਾ ਤੋ ਭੱਜਣਾ ਵਾ ਇੱਕ ਮੈਨੂੰ ਇਹ ਸੀਗਾ ਕਿ ਮੈਨੂੰ ਲੈਂਗੁਏਜਸ ਸਿੱਖਣ ਦਾ ਵੀ ਵੈਸੇ ਮੇਰੇ ਮਨ 'ਚ ਸ਼ੌਂਕ ਸੀਗਾ ਕਿਉਂਕਿ ਉਰਦੂ ਮੈਨੂੰ ਮੈਂ 9th ਤੱਕ ਸਾਡੇ 10th ਤੱਕ 6ਵੀਂ ਤੋਂ 9ਵੀਂ ਤੱਕ ਉਰਦੂ ਹੁੰਦਾ ਸੀਗਾ ਹਮਾਚਲ ਚ ਸੈਕੰਡ ਲੈਂਗੁਏਜ ਹਾਂ ਉਦੋਂ ਸੀਗੀ ਹੁਣ ਪਤਾ ਨਹੀਂ ਕਿ ਨਹੀਂ ਐ ਪਰ ਉਦੋਂ ਸੀਗੀ ਸੰਸਕ੍ਰਿਤ ਸੀਗੀ ਮੈਂ ਸੰਸਕ੍ਰਿਤ ਪੜ੍ਹੀ ਉਰਦੂ ਪੜ੍ਹਿਆ ਸੀਗਾ ਹਿੰਦੀ ਸੀ ਇੰਗਲਿਸ਼ ਸੀਗੀ ਬੰਬੇ ਗਿਆ ਤਾਂ ਮੈਂ ਮਰਾਠੀ ਸਿੱਖ ਗਿਆ ਜੀ ਤੇ ਇੱਥੇ ਆ ਕੇ ਮੈਨੂੰ ਲੱਗਿਆ ਕਿ ਯਾਰ ਪੰਜਾਬੀ ਮੈਂ ਸਿੱਖ ਵੀ ਲਵਾਂ ਤਾਂ ਕੋਈ ਵੱਡੀ ਐਡੀ ਪ੍ਰੋਬਲਮ ਵਾਲੀ ਗੱਲ ਨਹੀਂ ਆ ਵੀ ਮੈਂ ਟਰਾਈ ਕਰਾਂ ਸਿੱਖ ਲੈਣੀ ਚਾਹੀਦੀ ਹੈ ਲੈਣੀ ਚਾਹੀਦੀ ਆ ਮੈਂ ਉਹ ਕਾਇਦਾ ਖਰੀਦਿਆ ਪੰਜਾਬੀ ਪੰਜਾਬੀ ਦਾ ਤੇ ਬਸ ਆਪਣੇ ਰੂਮ ਜਾ ਕੇ ਜਿਹੜਾ ਨਾਲ ਮੇਰੇ ਰੂਮ ਰਹਿੰਦਾ ਰੂਮ ਚ ਦੇ ਮੇਰੇ ਨਾਲ ਦੇ ਰੂਮ ਚ ਮੁੰਡਾ ਰਹਿੰਦਾ ਸੀ ਮੈਨੂੰ ਕਿਹਾ ਯਾਰ ਇਹਨੂੰ ਹਿੰਦੀ ਜਾਂ ਇੰਗਲਿਸ਼ ਮੈਨੂੰ ਦੱਸ ਦੇ ਵੀ ਇਹਨੂੰ ਕੀ ਕਹਿੰਦੇ ਆ ਊੜਾ ਆਈਡੀ ਸੱਸਾ ਹਾ ਹਾ ਮੈਨੂੰ ਲਖਾਤਾ ਤੇ ਫਿਰ ਇੱਕ ਗਲਤੀ ਆਈ ਸੀਗੀ ਮੈਨੂੰ ਨਾਰਮਲੀ ਐਂ ਵੀ ਲੱਗਿਆ ਵੀ ਪੰਜਾਬੀ ਤੇ ਹਿੰਦੀ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ ਉਹਦੀ ਮਤਲਬ ਬਹੁਤ ਸਾਰੀਆਂ ਸਿਮਿਲਰਿਟੀਜ਼ ਨੇ ਉਹਦੇ ਵਿੱਚ ਮੈਂ ਸਿੱਖੀ ਪੰਜਾਬੀ ਮਤਲਬ ਜਿਵੇਂ ਪੜਨਾ ਮੈਂ ਸ਼ੁਰੂ ਕੀਤਾ ਅੱਖਰ ਜੋੜਨੇ ਸ਼ੁਰੂ ਕੀਤੇ ਇਨ ਬਿਟਵੀਨ ਫਿਰ ਮੇਰੇ ਕੁਝ ਫਰੈਂਡ ਬਣ ਗਏ ਜਿਹੜੇ ਆਲਮੋਸਟ ਮੂਲ ਪੰਜਾਬੀਜ਼ ਹੀ ਮੁੱਲਾਂਪੁਰੋਂ ਹੀ ਸੀਗਾ ਮੁੰਡਾ ਜਿੰਦਰ ਧੀਰ ਤੇ ਉਹਦੇ ਨਾਲ ਮੇਰੀ ਫਰੈਂਡਸ਼ਿਪ ਹੋ ਗਈ ਤੇ ਫਿਰ ਇੱਕ ਉਹ ਕਿਤਾਬਾਂ ਪੜਨਾਂ ਦਾ ਸਰਕਲ ਸ਼ੁਰੂ ਹੋ ਗਿਆ ਇੱਕ ਫਰੈਂਡ ਸਰਕਲ ਵਧੀਆ ਬਣ ਗਿਆ ਫਿਰ ਮੈਂ ਇੱਕ ਤਿੰਨ ਸਾਲ ਇੱਕ ਸਾਲ ਉੱਥੇ ਰਿਹਾ ਇੱਕ ਸਾਲ ਉੱਥੇ ਲੁਧਿਆਣੇ ਰਹਿਣ ਦੇ ਨਾਲ-ਨਾਲ ਮੇਰਾ ਜਿਹੜਾ ਇੱਕ ਮੁੱਲਾਂਪੁਰੋਂ ਤੇਜਿੰਦਰ ਧੀਰਨਾ ਦਾ ਫਰੈਂਡ ਮੇਰਾ ਬਣਿਆ ਮੇਰੇ ਵੀ ਮਿੱਤਰ ਨੇ ਉਹ ਉਹ ਕਿਆ ਬਾਤ ਹੈ ਬਿਲਕੁਲ ਸਹੀ ਗੱਲ ਹੈ ਉਹ ਫਿਲਮ ਵਾਲੀ ਨੇ ਹਾਂ ਬਿਲਕੁਲ ਬਿਲਕੁਲ ਜੀ ਤੇ ਫਿਰ ਉਹਨਾਂ ਦਾ ਉਹਨਾਂ ਦੇ ਫਰੈਂਡ ਸੀਗੇ ਹਰਕੇਸ਼ ਚੌਧਰੀ ਜੀ ਉਹਦਾ ਹੀ ਫਰੈਂਡ ਸੀਗਾ ਰਜੀਵ ਸ਼ਰਮਾ ਜੀ ਮੈਂ ਇੱਕ ਸਾਲ ਤਾਂ ਉੱਥੇ ਰਿਹਾ ਉਹਨਾਂ ਨਾਲ ਅਸੀਂ ਵਿੱਚ-ਵਿੱਚ ਆਉਂਦੇ ਸਾਇੰਸ ਕਾਲਜੇ ਪੜ੍ਹਦੇ ਸੀ ਉੱਥੇ ਚੱਲੇ ਜਾਣਾ ਇਹ ਸਾਡੇ ਕਾਲਜ ਆ ਜਾਣਾ ਇਹਨਾਂ ਨੇ ਤੇ ਫਿਰ ਇਹਨਾਂ ਨੂੰ ਨਾਟਕ ਦਾ ਵੀ ਥੋੜਾ ਜਿਹਾ ਸ਼ੌਂਕ ਸੀਗਾ ਇਹ ਮਤਲਬ ਨਾਟਕ ਜਿਹੜਾ ਆਉਂਦਾ ਇੱਧਰੋਂ ਆਉਂਦਾ ਇਹ ਤਿੰਨ ਜਿਹੜੀ ਤਿੰਨਾਂ ਦੀ ਮੰਡਲੀ ਹੈ ਤਿੰਨਾਂ ਦੀ ਮੰਡਲੀ ਹੈ ਜੀ ਇਹ ਨਾਟਕ ਨਾਲ ਜੁੜੇ ਹੋਏ ਸੀਗੇ ਜੀ ਫਿਰ ਮੈਂ ਉੱਥੇ ਇੱਕ ਸਾਲ ਦਾ ਡਿਪਲੋਮਾ ਕੀਤਾ ਮੈਂ ਉਸ ਦੇ ਵਿੱਚ ਟਾਪ ਕੀਤਾ ਹਮ ਤੇ ਮੈਂ ਮਤਲਬ ਉਹਨਾਂ 84 85 ਸਾਲ ਦੇ ਵਿੱਚ ਹੀ ਉਹਨਾਂ ਦਾ ਰਿਕਾਰਡ ਰੈਕર્ડ ਬ੍ਰੇਕ ਕੀਤਾ ਮੈਂ ਜੀ ਫਿਰ ਉਹ ਸਾਰੇ ਕਾਲਜ ਨੇ ਮੈਨੂੰ ਇਹ ਮਤਲਬ ਕਿਹਾ ਵੀ ਯਾਰ ਤੁਸੀਂ ਨਾ ਇਹ ਇੱਕ ਸਾਲ ਦਾ ਡਿਪਲੋਮਾ ਤੁਸੀਂ ਕੀਤਾ ਹੈ ਸਰਟੀਫਿਕੇਟ ਕੋਰਸ ਹੈ ਤੁਸੀਂ ਤਿੰਨ ਸਾਲ ਦਾ ਵੀ ਕਰੋ ਹਮ ਤੇ ਤੁਹਾਨੂੰ ਇਹਦੇ ਵਿੱਚੋਂ ਮਤਲਬ ਜ਼ਿਆਦਾ ਬੈਨੇਫਿਟ ਹੋਗਾ ਉਹਦੇ ਇਹਦੇ ਅੱਛੀ ਜੌਬ ਤੁਹਾਨੂੰ ਮਿਲ ਜੇਗੀ ਜੀ ਮੈਨੂੰ ਵੀ ਐ ਸੀਗਾ ਵੀ ਮੈਂ ਚਲੋ ਹੁਣ ਵਾਪਸ ਤਾਂ ਚਲੇ ਜਾਣਾ ਫਿਰ ਪੰਜਾਬ ਚ ਜੀ ਲੱਗਣ ਲੱਗ ਗਿਆ ਸੀਗਾ ਕਿ ਯਾਰ ਪੰਜਾਬ ਦੇ ਵਿੱਚ ਰਹਿਣਾ ਚਾਹੁੰਦਾ ਮੈਂ ਬਹਾਨਾ ਕੋਈ ਮਿਲਣਾ ਚਾਹੀਦਾ ਮੈਨੂੰ ਰਹਿਣ ਦਾ ਜੀ ਫਿਰ ਉਹ ਮੈਂ 3 ਸਾਲ ਦਾ ਡਿਪਲੋਮਾ ਜਿਹੜੇ ਅਪਲਾਈ ਕੀਤਾ ਉਹਦੇ ਚ 28 ਸੀਟਾਂ ਪੰਜਾਬ ਲਈ ਸੀ ਦੋ ਸੀਟਸ ਅਦਰ ਸਟੇਟ ਲਈ ਸੀਗੀਆਂ ਉਹਦੇ ਚ ਫਿਰ ਤੁਹਾਡਾ ਆ ਗਿਆ ਦੋ ਅਦਰ ਸਟੇਟਸ ਦੇ ਵਿੱਚ ਫਿਰ ਮੈਂ ਆ ਗਿਆ ਹੂੰ ਫਿਰ ਮੈਂ ਉੱਥੋਂ ਜਦੋਂ ਆ ਮੁੰਡਿਆ ਮੁੱਲਾਂਪੁਰ ਦਾ ਸੀਗਾ ਇਹ ਸ਼ਾਪ ਨੇ ਕਰ ਲਈ ਫਿਰ ਮੈਨੂੰ ਕਿਹਾ ਮੈਂ ਕਿਹਾ ਯਾਰ ਮੇਰਾ ਲੁਧਿਆਣਾ ਹੁਣ ਚਿੱਤ ਨਹੀਂ ਲਿਖਦਾ ਵੀ ਤੇ ਮੈਂ ਰਹਿਣਾ ਵੀ ਪੰਜਾਬ ਚ ਹਾਂ ਜੇਸ਼ ਭਾਈ ਦੀ ਗੱਲ ਕਰ ਰਹੇ ਨਹੀਂ ਤੇਜਿੰਦਰ ਤੀਰ ਤੇਜਿੰਦਰ ਦੀ ਗੱਲ ਕਰ ਰਹੇ ਹਾਂ ਹਾਂਜੀ ਤੇ ਉਹ ਫਿਰ ਇੱਥੇ ਮਤਲਬ ਮੁੱਲਾਂਪੁਰ ਮੈਂ ਸ਼ਿਫਟ ਕਰ ਗਏ ਰੂਮ ਲੈ ਮਤਲਬ ਸਾਰਾ ਕੁਝ ਇਸ ਸਰਕਲ ਦੇ ਵਿੱਚ ਜਦੋਂ ਤੁਸੀਂ ਵਿਚਰੇ ਫਿਰ ਥੀਏਟਰ ਚੱਲ ਪਿਆ ਨਹੀਂ ਤਾਂ ਇਹ ਹੋ ਜਾਣਾ ਸੀ ਜੇ ਬਜ਼ੁਰਗ ਨੇ ਕਹਿ ਦਿੱਤਾ ਸੀ ਉਸ ਬਜ਼ੁਰਗ ਨੇ ਕਿਹਾ ਛੇਡਾ ਕਰਦਾ ਤੇ ਹੋ ਸਕਦਾ ਸ੍ਰਿੰਦਰ ਸ਼ਰਮਾ ਵਾਪਸ ਚਲਾ ਜਾਂਦਾ ਅੱਜ ਪੰਜਾਬੀ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਬੈਠੇ ਹੋ ਤੇ ਅੱਜ ਉਹੀ ਪੰਜਾਬੀ ਪੜ੍ਹਾ ਰਹੇ ਹੋ ਜੀ ਬਿਲਕੁਲ ਅੱਜ ਹੀ ਫਿਰ ਮੈਂ ਸ੍ਰਿੰਦਰ ਸ਼ਰਮਾ ਸ੍ਰਿੰਦਰ ਸ਼ਰਮਾ ਨਾ ਹੁੰਦਾ ਹਾਂ ਉਹ ਉਸ ਬਾਬੇ ਦੇ ਕਹਿ ਕਰਕੇ ਕਈ ਵਾਰੀ ਕਈ ਵਾਰੀ ਛੋਟੀ ਵਿਰੋਧਤਾ ਵੀ ਤੁਹਾਨੂੰ ਵਿਕਾਸ ਵੱਲ ਲੈ ਕੇ ਜਾਂਦੀ ਹੈ ਐਗਜ਼ੈਕਟਲੀ ਬਿਲਕੁਲ ਮੈਂ ਕਹਿੰਦਾ ਵਿਰੋਧਤਾ ਹੋਣਾ ਚਾਹੀਦਾ ਵਰੋਧ ਵਰੋਧ ਲਈ ਨਹੀਂ ਹੋਣਾ ਚਾਹੀਦਾ ਇੱਕ ਗੱਲੇ ਬਹੁਤ ਮਤਲਬ ਮੈਨੂੰ ਲੱਗਦਾ ਕਿ ਮੇਰੀ ਇਹ ਸਮਝ ਹੈ ਕਿ ਵੈਸੇ ਮੈਂ ਜਿੰਨਾ ਉਸ ਤੋਂ ਬਾਅਦ ਜਿੰਨਾ ਕੁਝ ਪੜਿਆ ਫਿਰ ਮੈਨੂੰ ਪੜਨ ਦਾ ਮਤਲਬ ਮੈਂ ਮੈਨੂੰ ਇਸ ਗੱਲ ਦਾ ਮਾਣ ਆ ਕਿ ਮੈਂ ਪੰਜਾਬ ਦਾ ਉਹ ਇਤਿਹਾਸ ਪੜਿਆ ਜਿਹੜਾ ਪੰਜਾਬੀ ਵੀ ਨਹੀਂ ਪੜ ਸਕੇ ਮੈਂ ਪੰਜਾਬ ਦੀਆਂ ਉਹ ਗੱਲਾਂ ਮਤਲਬ ਜਿਹੜੀਆਂ ਪੰਜਾਬੀਆਂ ਨੂੰ ਕਰਨੀਆਂ ਚਾਹੀਦੀਆਂ ਸੀ ਮੈਨੂੰ ਆ ਲੱਗਦਾ ਉਹ ਤੁਸੀਂ ਪੜੀਆਂ ਉਹ ਮੈਂ ਪੜੀਆਂ ਮੈਨੂੰ ਮੈਂ ਇਸ ਗੱਲ ਦਾ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਬਟ ਜਿਹੜਾ ਵਿਰੋਧ ਹੁੰਦਾ ਹੈ ਤੁਹਾਡਾ ਹਰ ਥਾਂ ਤੇ ਵਿਰੋਧ ਹੁੰਦਾ ਹੈ ਜੇ ਤੁਸੀਂ ਕੁਝ ਕੰਮ ਕਰੋਗੇ ਨਾ ਚੰਗਾ ਕੰਮ ਕਰੋਗੇ ਤਾਂ ਵਿਰੋਧ ਹੋਊਗਾ ਤਾਂ ਵਿਰੋਧ ਹੋਊਗਾ ਜੇ ਤੁਹਾਡਾ ਵਿਰੋਧ ਨਹੀਂ ਹੋ ਰਿਹਾ ਤਾਂ ਤੁਸੀਂ ਕੰਮ ਹੀ ਨਹੀਂ ਕਰ ਰਹੇ ਹੋ ਵਿਰੋਧ ਹੋਣਾ ਬਹੁਤ ਜ਼ਰੂਰੀ ਹੈ ਰੋਚੀ ਵਿਕਾਸ ਆਪੜੀ ਅਕਸਰ ਪੜਦੇ ਹਾਂ ਜਿਵੇਂ ਮੇਰੀ ਬੈਕਗ੍ਰਾਉਂਡ ਦੇ ਵਿੱਚ ਹੋ ਸਕਦਾ ਸ਼ਾਇਦ ਭਗਤ ਸਿੰਘ ਤੇ ਗੁਰਗੋਬਨ ਸਿੰਘ ਗੁਰੂ ਆ ਰਹੇ ਹੋਣ ਤਾਂ ਇਹ ਸੁਨੇਹਾ ਕਿਵੇਂ ਮਤਲਬ ਤੁਸੀਂ ਸੋਚਿਆ ਕਿ ਇਹੀ ਲੈ ਕੇ ਜਾਣਾਗਾ ਇਹ ਕੇਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਆਣਾ ਰੰਗ ਮੰਚ ਰਾਹੀਂ ਲੋਕਾਂ ਤੱਕ ਮੈਨੂੰ ਇੱਕ ਐ ਲੱਗਿਆ ਕਿ ਜਦੋਂ ਅਸੀਂ ਮੁੱਲਾਂਪੁਰ ਮੈਂ ਰਹਿਣਾ ਸ਼ੁਰੂ ਕੀਤਾ ਜਦੋਂ ਹੂੰ ਮੈਂ ਰੂਮ ਲਿਆ ਮੇਰੇ ਰੂਮ ਚ ਅਸੀਂ ਚਾਰ ਦੋਸਤ ਫਿਰ ਇਹ ਸਾਡੇ ਮਿਊਚੁਅਲ ਫਰੈਂਡ ਹੋ ਗਏ ਹਨਾ ਹਰਕੇਸ਼ ਚੌਧਰੀ ਹੋ ਗਿਆ ਰਜੀਵ ਸ਼ਰਮਾ ਹੋ ਗਿਆ ਤੇਜਿੰਦਰ ਅਸੀਂ ਚਾਰੇ ਹੀ ਮਤਲਬ ਇੱਕਦਾਂ ਫਰੈਂਡ ਸਾਡਾ ਹੋਰ ਬਣ ਗਿਆ ਇੱਥੇ ਅਸੀਂ ਇਹ ਸ਼ਾਮ ਨੂੰ ਮੇਰੇ ਰੂਮ ਚ ਇਕੱਠੇ ਹੁੰਦੇ ਸੀ ਸਾਰੇ ਤੇ ਅਸੀਂ ਹੁਣ ਵੀ ਇਹ ਕਹਿੰਦੇ ਆ ਵੀ ਯਾਰ ਸਾਡੀ ਉਮਰ ਤੋਂ 16 17 17 18 ਸਾਲ ਦੀ ਸੀਗੀ ਹੂੰ ਤੇ ਅਸੀਂ ਚਾਰ ਮੁੰਡੇ ਕਮਰੇ ਚ ਬੈਠ ਕੇ ਇਹ ਵਿਚਾਰਾ ਕਰ ਰਹੇ ਆ ਕਿ ਸੁਸਾਇਟੀ ਦੇ ਵਿੱਚ ਚੰਗਾ ਕਿਵੇਂ ਕੀਤਾ ਜਾ ਸਕਦਾ ਹੈ ਸਮਾਜ ਨੂੰ ਬਦਲਣਾ ਕਿਵੇਂ ਹੈ ਸਮਾਜ ਨੂੰ ਬਦਲਿਆ ਕਿਵੇਂ ਜਾ ਸਕਦਾ ਹੈ ਮਤਲਬ ਇਹ ਸਾਡੇ ਲਈ ਵੀ ਹੈਰਾਨੀ ਵਾਲੀ ਗੱਲ ਹੈ ਕਿ ਉਦੋਂ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਅੱਜ ਵਾਲੇ ਚਾਰ ਮੁੰਡੇ ਇਕੱਠੇ ਹੋਣਗੇ ਬੀਅਰ ਦੀ ਬੋਤਲ ਕਿੱਥੋਂ ਲੈ ਆਉਣੀ ਹੈ ਜਾਂ ਟਾਈਮ ਚੱਕਣਾ ਹੈ ਟਾਈਮ ਕਦੋਂ ਚੱਕਣਾ ਨਾ ਇਹ ਉਹ ਨਹੀਂ ਹੈ ਐਗਜ਼ੈਕਟਲੀ ਪਰ ਉਹ ਸਾਡੇ ਦੇ ਵਿੱਚ ਕੀ ਗੱਲ ਸੀ ਉਦੋਂ ਉਦੋਂ ਹੀ ਫਿਰ ਸਾਡੇ ਲੋਕਲਾਂਾਂ ਵਿੱਚ ਜਿਹੜੇ ਸਾਡੇ ਥੀਏਟਰ ਵਾਲਾ ਸਿਸਟਮ ਆਇਆ ਇਨੋਂ ਅਸੀਂ ਮਤਲਬ ਉਹ ਸਾਡੇ ਮਨਾਂ ਦੇ ਵਿੱਚ ਉਦੋਂ ਤੋਂ ਹੀ ਇਹ ਖਿਆਲ ਆਇਆ ਜੀ ਇਹ ਖਾਸਾ ਮੰਥਨ ਕਰਨ ਤੋਂ ਬਾਅਦ ਫਿਰ ਚਾਰ ਅਸੀਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਚਾਰ ਅਸੀਂ ਫਾਊਂਡਰ ਮੈਂਬਰ ਨੇ ਮੈਂ ਹਰਕੇਸ਼ ਚੌਧਰੀ ਅਰ ਜੀਬ ਸ਼ਰਮਾ ਤੇਜਿੰਦਰ ਧੀਰ ਜੀ ਉਤੋਂ ਬਾਅਦ ਹੀ ਫਿਰ ਸਾਡਾ ਜਿਹੜਾ ਸੀਗਾ ਇੱਕ ਥੀਏਟਰ ਦਾ ਸਾਨੂੰ ਇੱਕ ਚੰਗੀ ਗੱਲ ਇਹ ਹੋਈ ਕਿ ਅਸੀਂ ਥੀਏਟਰ ਸ਼ੁਰੂ ਕਰਦੇ ਸਾਰ ਹੀ ਗੁਰਸ਼ਰਨਪਾ ਜੀ ਦੀ ਇਨਫਲੂਐਂਸ ਇੱਥਾਂ ਆ ਗਏ ਉਹਨਾਂ ਦੇ ਮਤਲਬ ਇਨ ਟੱਚ ਹੋ ਗਏ ਉਹਨਾਂ ਦੇ ਟੱਚ ਵਿੱਚ ਆ ਗਏ ਸੀ ਤੇ ਉਹਨਾਂ ਦਾ ਉਹਨਾਂ ਦਾ ਇੱਕ ਇਹ ਵੀ ਸੀਗਾ ਕਿ ਥੀਟਰ ਕਿਉਂ ਕਰਨਾ ਭਾਈ ਮੰਨਾ ਸਿੰਘ ਆਪਾਂ ਨਾਲ ਕੋਲ ਕਰਦੀਏ ਤਾਂ ਕਿ ਹਾਂ ਗੁਰシャン ਸਿੰਘ ਭਾਈ ਮੰਨਾ ਸਿੰਘ ਐਕਸੈਕਟਲੀ ਬਿਲਕੁਲ ਨਵੀਂ ਪੀੜੀ ਭਵੇਂ ਨਾ ਇਸ ਨਾਲ ਨਾਲ ਜਾਣੇ ਪਰ ਪੁਰਾਣੀ ਪੀੜੀ ਤਾਂ ਭਾਈ ਮੰਨਾ ਸਿੰਘ ਦੇ ਨਾਂ ਨਾਲ ਹੀ ਜਾਣਦੇ ਆ ਸੋ ਉਹਨਾਂ ਦਾ ਜਦੋਂ ਉਹਨਾਂ ਕੋਲ ਅਸੀਂ ਗੱਲਬਾਤ ਕੀਤੀ ਜਾਂ ਮਿਲੇ ਉਹਨਾਂ ਦਾ ਨਾਟਕ ਮੈਨੂੰ ਯਾਦ ਆ ਕਿ ਅਸੀਂ ਪਹਿਲਾ ਨਾਟਕ ਉਹਨਾਂ ਦਾ ਭੁੰਦਰੀ ਦੇਖਣ ਗਏ ਉਦੋਂ ਹੜਾ ਏ ਸੀ 1988 ਦੇ ਵਿੱਚ ਪੰਜਾਬ ਦੇ ਵਿੱਚ ਤੇ ਹੜਾਂ ਦੀ ਮਦਦ ਲਈ ਉਹ ਨਾਟਕ ਰੱਖਿਆ ਹੋਇਆ ਸੀਗਾ ਅਸੀਂ ਰਾਤ ਨੂੰ ਉਦੋਂ ਮੂਵਮੈਂਟ ਪੀਕ ਤੇ ਅਸੀਂ ਖਾਲਸਾਤਨ ਮੂਵਮੈਂਟ ਪੀਕ ਤੇ ਸੀ ਬਾਹਰ ਨਿਕਲਣਾ ਗੱਲ ਕਰਨੀ ਤੀਪੂਂਦਰੀ 14-15 ਕਿਲੋਮੀਟਰ ਤੇ ਅਸੀਂ ਆਲਮੋਸਟ 9 ਕਿਲੋਮੀਟਰ ਤੁਰ ਕੇ ਆਏ ਸੀਗੇ ਆ ਅੱਧੀ ਰਾਤ ਨੂੰ ਮਤਲਬ ਕੋਈ ਕੁਛ ਨਹੀਂ ਕਿਤੇ ਨਹੀਂ ਫਿਰ ਅਸੀਂ ਕਿਸੇ ਘਰ ਦੇ ਵਿੱਚ ਬੇਨਤੀ ਕੀਤੀ ਕਿਸੇ ਟਰੈਕਟਰ ਤੇ ਸਾਨੂੰ ਫਿਰ ਮੁੱਲਾਂਪੁਰ ਛੱਡ ਕੇ ਗਿਆ ਮੈਂ ਉਦੋਂ ਨਾਟਕ ਨੂੰ ਇੰਨੇ ਨੇੜੇੋਂ ਪਹਿਲੀ ਵਾਰ ਵੇਖਿਆ ਸੀ ਮੀ ਨਾਟਕ ਕਿਵੇਂ ਹੁੰਦਾ ਕੀ ਹੁੰਦਾ ਹੈ ਨਾਟਕ ਕੀ ਹੁੰਦਾ ਹੈ ਜੀ ਔਰ ਮੇਰੀ ਜ਼ਿੰਦਗੀ ਦੀ ਮੈਂ ਜਦੋਂ ਫਿਰ ਪੜ੍ਹਨਾ ਵੀ ਸ਼ੁਰੂ ਕੀਤਾ ਤਾਂ ਉਹ ਮੇਰੀ ਕਿਤਾਬ ਜਿਹੜੀ ਬਹੁਤ ਖੂਬਸੂਰਤ ਸੀ ਸੂਹੀ ਸਵੇਰ ਮੈਂ ਕਿਤਾਬ ਉਹ ਲੈ ਕੇ ਆਇਆ ਸੀਗਾ ਜਿਹੜੀ ਮੁੱਢਲੀ ਕਿਤਾਬਾਂ ਚੋਂ ਆਪਾਂ ਕਹਿੰਨੇ ਹਾਂ ਉਹ ਮੈਂ ਉਹਨਾਂ ਚੋਂ ਇੱਕ ਮਿਲਿਆ ਹੈਗਾ ਭਗਤ ਸਿੰਘ ਦੀਆਂ ਕਿਤਾਬਾਂ ਦੇ ਵਿੱਚ ਬਾਅਦ ਦੇ ਵਿੱਚ ਤਾਂ ਮੈਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦਾ ਇਤਿਹਾਸ ਵੀ ਮਤਲਬ ਪੜਿਆ ਕੂਕਾ ਲਹਿਰ ਪੜੀ ਗਦਰ ਲਹਿਰ ਪੜੀ ਬਬਰ ਅਕਾਲੀ ਲਹਿਰ ਪੜੀ ਬਬਰ ਅਕਾਲੀ ਲਹਿਰ ਤੇ ਮੈਂ ਆਪਣੀ ਜ਼ਿੰਦਗੀ ਦਾ ਪਹਿਲਾ ਨਾਟਕ ਕਬੂਨਾ ਛਾੜੇ ਖ ਪਰ ਫਿਰ ਇੱਕ ਸਿਸਟਮ ਇਦਾਂ ਚੱਲਿਆ ਕਿ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਮੈਂ ਖੁਦ ਮਹਿਸੂਸ ਕਰਦਾ ਕਿ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਤਰਸਦੀ ਇਹ ਹੈ ਕਿ ਅਸੀਂ ਜਿਹੜਾ ਇੱਥੋਂ ਦਾ ਇਤਿਹਾਸ ਆ ਅਮੀਰ ਇਤਿਹਾਸ ਆ ਉਹ ਸਾਡੀ ਨੌਜਵਾਨ ਪੀੜ੍ਹੀ ਨੂੰ ਪਾੜੀ ਨਹੀਂ ਰਹੀ ਹੈ ਇਹ ਇਹੀ ਕਾਰਨ ਹੈ ਕਿ ਅਸੀਂ ਜਿਵੇਂ ਭਗਤ ਸਿੰਘ ਦੀ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਕਹਿੰਦੇ ਕਿ ਚਾਰ ਮੁੰਡੇ ਇੱਕ ਕਮਰੇ 'ਚ ਬੈਠੇ ਸੋਚ ਰਹੇ ਕਿ ਸਮਾਜ ਨੂੰ ਸੋਹਣਾ ਕਿਵੇਂ ਬਣਾਉਣਾ ਤੇ ਭਗਤ ਸਿੰਘ ਹੁਣੇ ਵੀ ਚਾਰ ਪੰਜ ਮਤਲਬ ਬਹੁਤ ਥੋੜੇ ਜਾਣੇ ਸੀ ਜਿੰਨਾ ਕਿ ਮੈਂ ਪੜਿਆ ਉਹਨਾਂ ਨੂੰ ਤਾਂ ਅੱਜ ਜੇ ਸਾਡੀ ਸਮਝ ਨਹੀਂ ਤੇ ਇਸੇ ਕਰਕੇ ਅਸੀਂ ਕਹਿੰਨੇ ਆ ਕਿ ਅੱਤਵਾਦੀ ਬਣਾ ਦਿੰਨੇ ਆ ਕਦੇ ਸਿਰ ਤੇ ਅਸੀਂ ਪੱਗ ਧਰ ਲੈਨੇ ਆ ਕਦੇ ਟੋਪੀ ਧਰ ਲੈਨੇ ਆ ਬਿਲਕੁਲ ਬਿਲਕੁਲ ਅਸਲ ਦੇ ਵਿੱਚ ਭਗਤ ਸਿੰਘ ਦੀ ਜਿਹੜੀ ਜਿੰਨਾ ਚਿਰ ਤੱਕ ਤੁਸੀਂ ਕਿਸੇ ਚੀਜ਼ ਨੂੰ ਜਾਣੋਗੇ ਨਹੀਂ ਬਾਚੋਗੇ ਨਹੀਂ ਸਮਝੋਗੇ ਨਹੀਂ ਹੁਣ ਭਗਤ ਸਿੰਘ ਦੀਆਂ ਜਿੰਨੀਆਂ ਲਿਖਤਾਂ ਨੇ ਜਾਂ ਜਿਵੇਂ ਭਗਤ ਸਿੰਘ ਪੜਿਆ ਜਿੰਨਾ ਉਹਨਾਂ ਨੇ ਗੱਲ ਕੀਤੀ ਦੁਨੀਆਂ ਦੇ ਇਤਿਹਾਸ ਦਾ ਲਿਟਰੇਚਰ ਦਾ ਔਰ ਉਹਨਾਂ ਨੂੰ ਰਾਜਨੀਤਿਕ ਟਾਂਚੇ ਦੀ ਸਮਨ ਸੀਗੀ ਸਰਗ ਹਲ ਹਰ ਗੱਲ ਦੇ ਉੱਤੇ ਲਿਖਿਆ ਹਰ ਗੱਲ ਦੇ ਉੱਤੇ ਲਿਖਿਆ ਉਹਨਾਂ ਨੇ ਔਰ ਉਹਦੇ ਵਿੱਚੋਂ ਜਦੋਂ ਭਗ ਸਿੰਘ ਨੂੰ ਤੁਸੀਂ ਮਤਲਬ ਇਹ ਮੈਨੂੰ ਇਹ ਲੱਗਦਾ ਕਿ ਇਹ ਸੋਚੀਆਂ ਸਮਝੀਆਂ ਚੱਲਣਾ ਨਹੀਂ ਸਾਰਾ ਕੁਝ ਐਵੇਂ ਨਹੀਂ ਭਗ ਸਿੰਘ ਨੂੰ ਮਤਲਬ ਤੁਸੀਂ ਅਤਵਾਦੀ ਕਹਿ ਰਹੇ ਹੋ ਐਵੇਂ ਨਹੀਂ ਤੁਸੀਂ ਗੱਡੀ ਦੇ ਮਗਰ ਲਿਖ ਰਹੇ ਹੋ ਕਿ ਖੰਗੇ ਸੀ ਤਾਂ ਟੰਗੇ ਸੀਗੇ ਮਤਲਬ ਇਹ ਗੱਲਾਂ ਕਿੱਥੋਂ ਆ ਗਈਆਂ ਇਦਾਂ ਹੀ ਹਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ ਉਹ ਉਹ ਜਿਹੜਾ ਬੰਦਾ ਮਤਲਬ ਮਰਨ ਕਿਨਾਰੇ ਬੈਠਾ ਹੋਇਆ ਵੀ ਇੱਕ ਕਿਤਾਬ ਪੜ ਰਿਹਾ ਹੈ ਜਿਹੜਾ ਐਂ ਕਹਿ ਰਿਹਾ ਵੀ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੂਗੀ ਜਿੰਨਾ ਚਿਰ ਤੱਕ ਮਨੁੱਖ ਹੱਥੋਂ ਮਨੁੱਖ ਦੇ ਲੁੱਟ ਨਹੀਂ ਖਤਮ ਹੋ ਜਾਂਦੀ ਉਹ ਬੰਦਾ ਇਹ ਉਹਦੇ ਲਈ ਮੁੱਛ ਕਿੱਥੋਂ ਮੁੱਛ ਦਾ ਸਵਾਲ ਕਿੱਥੋਂ ਆ ਗਿਆ ਉਹਦੇ ਲਈ ਪਰ ਇਹ ਗੱਲਾਂ ਜਿਵੇਂ ਦੇਖਣ ਵਾਲੇ ਸੁਣਨ ਵਾਲੇ ਅਕਸਰ ਕਹਿ ਦਿੰਦੇ ਨੇ ਮਤਲਬ ਜਦੋਂ ਇਹੋ ਜਿਹੀਆਂ ਗੱਲਾਂ ਕਰਦਾ ਤਾਂ ਉਹਨੂੰ ਇੱਕ ਸ਼ਬਦ 'ਚ ਬੰਨ੍ਹਦੇ ਨੇ ਇਹ ਤਾਂ ਕਾਮਰੇਡ ਆ ਜੀ ਗੱਲਾਂ ਸੁਣਨ ਨੂੰ ਬੜੀਆਂ ਚੰਗੀਆਂ ਲੱਗਦੀਆਂ ਪਰ ਅਪਲਾਈ ਨਹੀਂ ਹੁੰਦੀਆਂ ਉੱਥੇ ਖੜਾ ਜੀ ਸਮਾਜ ਇਹਨੇ ਬਦਲਣਾਂ ਲਈ ਅਕਸਰ ਸਵਾਲ ਉੱਠਦੇ ਨੇ ਇਹ ਚੀਜ਼ਾਂ ਦੇ ਤੇ ਨਹੀਂ ਮੈਨੂੰ ਐ ਲੱਗਦਾ ਕਿ ਮੈਨੂੰ ਐ ਕਹਿਣ ਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਕਾਮਰੇਡ ਜਾਂ ਜਿਸ ਵਿਚਾਰ ਕਾਮਰੇਡ ਵੈਸੇ ਮੈਂ ਜਿਵੇਂ ਆਪਾਂ ਗੱਲ ਕਰਦੇ ਆਂ ਕਿ ਕੌਮ ਕਾਮਰੇਡ ਬਣਨਾ ਜਾਂ ਕਮਿਊਨਿਸਟ ਬਣਨਾ ਇੱਕ ਬਹੁਤ ਔਖਾ ਕੰਮ ਹੈ ਜੀ ਜੇ ਲੋਕਾਂ ਦੇ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਨੀ ਹੈ ਜੇ 5 ਸਾਲ ਦੀ ਬੱਚੀ ਨਾਲ ਰੇਪ ਹੋ ਰਿਹਾ ਹੈ ਉਹਨੂੰ ਰੇਪ ਕਰਕੇ ਦੱਬ ਦਿੱਤਾ ਜਾਂਦਾ ਹੈ ਉਹਦੇ ਖਿਲਾਫ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਤੁਸੀਂ ਕਾਮਰੇਡ ਹੋ ਤੁਸੀਂ ਮਹਿਲਕਲਾਂ ਦੀ ਘਟਨਾ ਵਾਪਰਦੀ ਹੈ ਕਿਰਨਜੀਤ ਕੌਰ ਉਹਨੂੰ ਉਹਦੇ ਨਾਲ ਰੇਪ ਕਰਕੇ ਗੁੰਡੇ ਉਹਨੂੰ ਦੱਬ ਦਿੰਦੇ ਆ ਉਹ ਲੱਭਦੀ ਨਹੀਂ ਲੋਕ ਇਕੱਠੇ ਹੋ ਕੇ ਉਹਨੂੰ ਉਹਦੀ লাশ ਨੂੰ ਕੱਢਦੇ ਆ ਉਹਦਾ ਸੰਸਕਾਰ ਕਰਦੇ ਆ ਗੁੰਡਿਆਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਉਂਦੇ ਆ ਜਿਨ੍ਹਾਂ ਬੰਦਿਆਂ ਨੇ ਕੰਮ ਕੀਤਾ ਉਹਨਾਂ ਦੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ ਚ ਪਹੁੰਚਾ ਦਿੱਤਾ ਜਾਂਦਾ ਹੈ ਮਾਰਚ ਵੀ ਬਹੁਤ ਲੰਬੀ ਲੜਾਈ ਲੰਬੀ ਲੜਾਈ ਲੜਕੇ ਉਹਨਾਂ ਨੂੰ ਬਰੀ ਕਰਵਾਇਆ ਜਾਂਦਾ ਸਜ਼ਾ ਮ ਰੱਦ ਕਰਵਾਈਆਂ ਜਾਂਦੀਆਂ ਮੈਨੂੰ ਲੱਗਦਾ ਜੇ ਤੁਸੀਂ ਲੋਕਾਂ ਲਈ ਲੜਦੇ ਹੋ ਲੋਕਾਂ ਲਈ ਕੰਮ ਕਰਦੇ ਹੋ ਤੇ ਜੇ ਤੁਹਾਡੇ ਲਈ ਇੱਕ ਕਾਂਗਰਸ ਸ਼ਬਦ ਲੱਗਦਾ ਤਾਂ ਫਿਰ ਇਹਦੇ ਵਿੱਚ ਮਾੜਾ ਕੁਝ ਨਹੀਂ ਹੈ ਸਾਥੀ ਆਪਾਂ ਉਹ ਹੀ ਕਹ ਰਹੇ ਕਿ ਵੀ ਸਾਥੀ ਆਸੀਂ ਉਹਦਾ ਸਾਥੀ ਜੇ ਤੁਸੀਂ ਇੱਕ ਕਿਸੇ ਵਿਰੋਧ ਕਰਦੇ ਹੋ ਕਿਸੇ ਮਾੜੇ ਦਾ ਤਾਂ ਸਾਥੀ ਆਸੀਂ ਜੀ ਬਿਲਕੁਲ ਉਹਦੇ ਵਿੱਚ ਕੰਮ ਤੁਸੀਂ ਜੇ ਇਹ ਸ਼ਬਦ ਨਹੀਂ ਲਾਉਂਦੇ ਹੋ ਤੁਸੀਂ ਫਿਰ ਲੋਕਾਂ ਲਈ ਕੰਮ ਕਰ ਰਹੇ ਹੋ ਫਿਰ ਤੁਸੀਂ ਚੰਗੇ ਹੋ ਮੈਂ ਸਾਰਾ ਕੁਝ ਕੰਮ ਕਰ ਰਹੇ ਹਾਂ ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਕੋਈ ਕੋਈ ਭਗਤ ਸਿੰਘ ਇੱਕ ਸਾਰੀ ਉਮਰ ਲੜਿਆ ਲੋਕਾਂ ਲਈ ਉਹ ਉਹ 32 ਸਾਲ ਦੀ ਉਮਰ ਤੇ ਕਿਸ ਕਿਦਾ ਜੀ ਕਰਦਾ ਦੱਸੋ ਕੌਣ ਮਰ ਸਕਦਾ ਹੈ ਇਦਾਂ ਸਾਡੇ 23 ਸਾਲ ਦੀ ਉਮਰ ਦੇ ਵਿੱਚ ਤੇ ਔਰ ਇੰਨੀ ਨਾਲੇ ਅਕਸਰ ਆਪ ਇਹ ਵੀ ਸਵਾਲ ਹੈ ਸੌਰੀ ਤੁਹਾਡੀ ਗੱਲ ਟੋਕ ਰਿਹਾ ਕੋਈ ਮਰਨ ਲਈ ਥੋੜਾ ਲੜਦਾ ਹੁੰਦਾ ਕਿ ਵੀ ਮੈਂ ਅੱਗੇ ਜਾ ਕੇ ਮਰਨਾ ਜਾਂ ਅੱਗੇ ਜਾ ਕੇ ਸ਼ਹੀਦ ਹੋਣਾ ਉਹ ਤਾਂ ਚੰਗੇ ਪਿਵਣਖ ਲਈ ਲੜਦੇ ਹੁੰਦਾ ਵੀ ਅੱਗੇ ਜਾ ਕੇ ਚੰਗਾ ਪਿਵਣਖ ਹੋਣਾ ਚਾਹੀਦਾ ਨਾਲੇ ਉਹ ਉਹਨਾਂ ਨੂੰ ਉਹ ਬਚ ਸਕਦੇ ਸੀਗੇ ਜੇ ਪਾਈਕ ਗੱਲ ਹੈ ਕਿ ਇਹ ਵੀ ਜਿਉਂਣਾ ਨੇ ਮਤਲਬ ਬਚਣਾ ਹੀ ਸੀਗਾ ਚਲੋ ਆਪਾਂ ਇਸ ਪਾਉਂ ਵੱਡੀ ਡਿਬੇਟ 'ਚ ਨਹੀਂ ਪੈਂਦੇ ਪਰ ਬੰਬ ਸੁੱਟ ਕੇ ਪਾ ਸਕਦੇ ਸੀਗੇ ਉਹਨਾਂ ਨੇ ਬੰਬ ਵੀ ਮਤਲਬ ਲੋਕਾਂ ਨੂੰ ਮਾਰਨ ਵਾਲਾ ਨਹੀਂ ਸੁੱਟਿਆ ਜਿਹੜੇ ਬੰਦੇ ਉਹਨੂੰ ਅਤਵਾਦੀ ਕਹਿ ਰਹੇ ਨੇ ਜਾਂ ਜੋ ਕੁਝ ਵੀ ਆਪਾਂ ਜੀ ਇਸ ਗੱਲ ਨੂੰ ਵੀ ਇੰਨਾ ਕ ਕਰ ਲਈਏ ਵੀ ਯਾਰ ਜਿਉਂ ਬੰਦੇ ਮਾਰਨ ਵਾਲਾ ਹੁੰਦਾ ਜਾਂ ਉਹਨਾਂ ਦੀ ਵਿਚਾਰਧਾਰਾ ਬੰਦੇ ਮਾਰਨ ਵਾਲੀ ਹੁੰਦੀ ਭਗਤ ਸਿੰਘ ਹੋਣਾ ਭਗਤ ਸਿੰਘ ਹੋਣਾ ਦੀ ਤਾਂ ਉਹ ਉਸ ਦਿਨ ਅਸੈਂਬਲੀ ਦੇ ਵਿੱਚ ਮਤਲਬ ਤਮਾਕਾ ਖਾਲੀ ਖੋਕ ਤੂੰ ਇਹਲਾ ਬੰਬ ਚਲਾਉਂਦਾ ਤਮਾਕਾ ਕਿਉਂ ਕਰਦੇ ਹੋ ਤੂੰ ਇਹਲਾ ਬੰਬ ਕਿਉਂ ਚਲਾਉਂਦੇ ਅਸਲੀ ਬੰਬ ਚਲਾਉਂਦੇ ਉਹ ਤਾਂ ਚਲੇ ਗਈ ਸੀ ਅੰਦਰ ਸਾਰਾ ਕੁਝ ਕੀਤਾ ਉਹ ਵੀ ਚਲਾਇਆ ਉਹ ਚਲਾ ਸਕਦੇ ਸੀ ਔਰ ਉਹਨਾਂ ਨੇ ਗੱਲ ਕਹੀ ਵੀ ਬੰਦੇ ਮਾਰਨਾ ਸਾਡਾ ਕੰਮ ਨਹੀਂ ਹੈ ਨਾ ਅਸੀਂ ਸਾਡੀ ਸੋਚ ਹੈ ਨਾ ਸਾਡਾ ਇਹ ਰਾਹ ਵਾ ਅਸੀਂ ਤਾਂ ਕਿਉਂਕਿ ਬੋਲੀ ਸਰਕਾਰ ਸੁਣਦੀ ਵੀ ਨਹੀਂ ਹੈਗੀ ਆ ਗੱਲ ਤਰੀਕਾ ਤਾਂ ਚਾਹੀਦਾ ਤਰੀਕਾ ਚਾਹੀਦਾ ਸੀ ਉਹਨਾਂ ਦੇ ਕੰਨ ਖੜੇ ਕੀਤੇ ਕੰਨ ਖੋਲੇ ਉਹਨਾਂ ਦੇ ਸੋ ਇਹ ਮਤਲਬ ਕਿ ਬਿਣਾ ਪੜੇ ਬਿਣਾ ਕਹੀ ਬਿਣਾ ਜਾਚੇ ਉਹਨਾਂ ਨੂੰ ਇਸ ਗੱਲ ਨੂੰ ਕਹਿਣਾ ਜਾਂ ਉਸ ਸ਼ਬਦ ਦੇ ਵਿੱਚ ਬੰਨ ਦੇਣਾ ਵੀ ਕਾਮਰੇਡ ਆ ਮੈਨੂੰ ਲੱਗਦਾ ਕਿ ਇਹ ਹੀ ਇਹ ਕਿਸੇ ਇੱਕ ਪਰਸਨਲੀ ਨੁਕਸਾਨ ਦੇ ਨਹੀਂ ਹੈ ਇਹ ਤੁਸੀਂ ਪੂਰੇ ਸਮਾਜ ਲਈ ਨੁਕਸਾਨ ਦੇ ਬਣਾ ਰਹੇ ਹੋ ਇਹਦਾ ਪੂਰੇ ਸਮਾਜ ਨੂੰ ਨੁਕਸਾਨ ਆ ਜਿਹੜਾ ਬੰਦਾ ਕੋਈ ਕੰਮ ਕਰਦਾ ਹੈ ਮੈਨੂੰ ਇਹ ਲੱਗਦਾ ਕਿ ਤੁਸੀਂ ਕੋਈ ਵੀ ਬੰਦਾ ਕੰਮ ਕਰ ਰਿਹਾ ਕਿਸੇ ਵੀ ਪੁਆਇੰਟ ਆਫ ਉਤੇ ਕੰਮ ਕਰ ਰਿਹਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਲਾਈ ਆ ਮੈਂ ਲਿਖਿਆ ਚੂਕਾਰ ਅਜ ਹਮਾ ਹੀਲਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾਸ਼ ਮਸ਼ੀਰਦਸਤ ਮੈਂ ਲਿਖਿਆ ਥੱਲੇ ਬਕਾਇਦਾ ਰੂਪ ਦੇ ਵਿੱਚ ਪਰ ਮੈਂ ਸਮਝਦਾ ਮੈਂ ਇਸ ਗੱਲ ਨੂੰ ਭਗਤ ਸਿੰਘ ਵੀ ਲੱਗਿਆ ਗੁਰੂ ਨਾਨਕ ਦੇਵ ਦੀ ਫੋਟੋ ਕਿਉਂ ਨਹੀਂ ਉਸ ਵਿਰਸੇ ਨੂੰ ਕਿਵੇਂ ਪੁਲਾ ਸਕਦੇ ਹੋ ਤੁਸੀਂ ਚੱਲਦਾ ਤਾਂ ਉੱਥੋਂ ਹੀ ਆ ਰਿਹਾ ਨਾ ਉਹਨਾਂ ਨੇ ਆਪਣਾ ਪੂਰਾ ਪਰਿਵਾਰ ਉਹਨੇ ਕੁਰਬਾਨ ਕੀਤਾ ਹੈ ਕੌਣ ਕਰ ਸਕਦਾ ਗੱਲਾਂ ਕਰਨੀਆਂ ਬਹੁਤ ਸੌਕੀਆਂ ਨੇ ਮੈਂ ਆਪਣੇ ਲੈਕਚਰ ਭਾਸ਼ਣ ਦੇ ਵਿੱਚ ਹਮੇਸ਼ਾ ਕਹ ਕਿ ਸਾਡੀ ਤਰਸਦੀ ਹੈ ਕਿ ਅਸੀਂ ਇਹ ਕਿਨੇ ਮੇਲੇ ਤੇ ਜਾਣਾ ਫਤੇਗੜ ਸਾਹਿਬ ਜਾ ਕੇ ਮੇਲਾ ਬਣ ਗਿਆ ਹਮ ਅਸੀਂ ਜਾ ਵੀ ਆਉਨੇ ਮੱਥਾ ਵੀ ਟੇਕ ਆਏ ਭਾਵਕ ਵੀ ਹੋ ਗਏ ਕਦੇ ਕਿਸੇ ਆਪਣੇ ਬੱਚਿਆਂ ਨੂੰ ਚਾਰ ਸਾਹਿਬ ਜਦਿਆਂ ਬਾਰੇ ਦੱਸਿਆ ਨਹੀਂ ਕਦੇ ਵੀ ਪੜਾਇਆ ਨਹੀਂ ਕਦੇ ਕਦੇ ਪੜਾਇਆ ਨਹੀਂ ਅਸੀਂ 13 ਜਨਵਰੀ ਨੂੰ ਚਲੇ ਜਾਨੇ ਆ ਮਾਗੀ ਦੇ ਮੇਲੇ ਤੇ ਨਾ ਆਉਨੇ ਮੁਕਸਰ ਸਾਹਿਬ ਜਾ ਕੇ ਪਰ ਕਿਸ ਨੇ ਦੱਸਿਆ ਕਿ ਤਰਾਣੇ ਦੀ ਢਾਬ ਦਾ ਸਾਕ ਆਪਣੀਆਂ ਬੱਚੀਆਂ ਨੂੰ ਮਾਈ ਭਾਗੋ ਬਾਰੇ ਪਾਠ ਪੜਾਇਆ ਕਿਸੇ ਨੇ ਕਦੇ ਨਹੀਂ ਦੱਸਿਆ 40 ਮੁਕਤੀਆਂ ਬਾਰੇ ਨਹੀਂ ਦੱਸਿਆ ਨਾ ਪਤਾ ਹੀ ਨਹੀਂ 40 ਦਾ ਛੱਡ ਦਿਓ ਤੁਸੀਂ ਦਸਾਂ ਗੁਰੂਆਂ ਦੇ ਨਾਮ ਤੱਕ ਨਹੀਂ ਆਪਣੇ ਪੰਜਾਬੀ ਬੱਚਿਆਂ ਨੂੰ ਚੇਤੇ ਕਿਉਂ ਨਹੀਂ ਚੇਤੇ ਹੈਗੇ ਮੈਂ ਇਹ ਨਹੀਂ ਕਹਾਂਗਾ ਕਿ ਬੱਚੇ ਨਲਾਇਕ ਆ ਕਿਉਂਕਿ ਅਸੀਂ ਉਹਨਾਂ ਚ ਟੈਸਟ ਟੈਸਟੀ ਨਹੀਂ ਪੈਦਾ ਕੀਤਾ ਉਹਨਾਂ ਨੂੰ ਦੱਸੇ ਹੀ ਨਹੀਂ ਕਿ ਉਹਨਾਂ ਦੇ ਕੰਨਾਂ 'ਚ ਟੂਟੀਆਂ ਲੱਗੀਆਂ ਸੀ ਉਹ ਟੂਟੀਆਂ ਨੂੰ ਮਤਲਬ ਉਹਦੇ ਵਿੱਚ ਕੀ ਸੁਣਦੇ ਆ ਕੀ ਬੋਲਦੇ ਆ ਮੈਂ 100% ਤਾਂ ਕਿਤੇ ਵੀ ਨਹੀਂ ਹੁੰਦਾ ਨਾ ਪਰ ਬਹੁਤ ਬਹੁ ਗਿਣਤੀ ਤਾਂ ਹੀ ਆ ਨਾ 5 10% ਹੋਣਗੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਤਾਂ ਇਲੈਕਟ੍ਰੀਨੀਆਂ ਕਰਦਾ ਜਿਹੜੇ ਇਸ ਮਤਲਬ ਸਤਾਰਾ ਨਾਲ ਜੁੜੇ ਆ ਜਾਂ ਚੰਗੇ ਲਿਟਰੇਚਰ ਪੜ੍ਹਦੇ ਆ ਜਾਂ ਉਹ ਆਪਣੇ ਗੁਰੂਆਂ ਪੀਰਾਂ ਨੂੰ ਜਾਣਦੇ ਆ ਵਾਚਦੇ ਆ ਪੜ੍ਹਦੇ ਆ ਜੀ ਪਰ ਬਹੁ ਗਿਣਤੀ ਤਾਂ ਜਿਹੜੀ ਹੈਗੀ ਆ ਜੇ ਉਹ ਅੱਜ ਬੱਚਾ ਜੇ ਮਤਲਬ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਦੇ ਹੱਥਾਂ ਤੇ ਚੱਟਾ ਟਿਕ ਗਿਆ ਜੇ ਫਿਰ ਉਹ ਇਹਨਾਂ ਵਿਚਾਰਧਾਰਾ ਨਾਲ ਜੁੜੇ ਹੁੰਦੇ ਫਿਰ ਕਿਵੇਂ ਚੱਟਾ ਟਿਕਦਾ ਵੀ ਜੇ ਉਹ ਪੜਦੇ ਹੁੰਦੇ ਜੇ ਉਹਨਾਂ ਨੂੰ ਸਮਝ ਹੁੰਦੀ ਪਈ ਅੱਜ ਅੱਜ ਵੀ ਤਾਂ ਪ੍ਰੋਬਲਮਾਂ ਨੇ ਨਾ ਜੀ ਜੇ ਅੱਜ ਅਸੀਂ ਮੈਂ ਨਹੀਂ ਸਮਝਦਾ ਪਈ ਅੱਜ ਭਗਤ ਸਿੰਘ ਦੇ ਸੁਪਨੇ ਦਾ ਸਮਾਜ ਸਿਰਜਿਆ ਗਿਆ ਮੈਂ ਨਹੀਂ ਸਮਝਦਾ ਕਿ ਜਿਹੜੇ ਉਹਨਾਂ ਨੇ ਸਰਵੰਸ ਮਤਲਬ ਕੁਰਬਾਨ ਕਰ ਦਿੱਤਾ ਸਰਵੰਸ ਦਾ ਨਹੀਂ ਕਿਹਾ ਜਾਂਦਾ ਉਹਨਾਂ ਨੂੰ ਕਿ ਜੇ ਉਹੋ ਜਿਹਾ ਸਮਾਜ ਬਣ ਗਿਆ ਜਿਹੜਾ ਜਿਹੜਾ ਸਮਾਜ ਇਹ ਚਾਹੁੰਦੇ ਸੀਗੇ ਨਹੀਂ ਬਣਿਆ ਤੇ ਫਿਰ ਜੇ ਨਹੀਂ ਬਣਿਆ ਤਾਂ ਫਿਰ ਗੱਲ ਕਿੱਥੇ ਆ ਜੀ ਪ੍ਰੋਬਲਮ ਕਿੱਥੇ ਆ ਘਾਟ ਕਿੱਥੇ ਆ ਜੀ ਇਹ ਜ਼ਰੂਰ ਵਿਚਾਰਨ ਦਾ ਮਸਲਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਿੰਨਾ ਚਿਰ ਤੱਕ ਅਸੀਂ ਪੜ੍ਹਦੇ ਹੀ ਨਹੀਂ ਆ ਜਿੰਨਾ ਚੀਜ਼ ਮੈਂ ਕਿਸੇ ਚੀਜ਼ ਬਾਰੇ ਮੈਂ ਕਿਸੇ ਚੀਜ਼ ਦਾ ਵਿਰੋਧ ਕਰਨਾ ਜੀ ਵਿਰੋਧ ਕਰਨ ਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਮੈਂ ਐਂ ਕਾਹਵੇਂ ਵਿਰੋਧ ਲਈ ਵਿਰੋਧ ਕਰਾਂ ਮੈਂ ਉਹਨੂੰ ਪੜ੍ਹੂੰਗਾ ਨਾ ਵੀ ਉਹ ਨਹੀਂ ਪੜ੍ਹ ਸਕਦਾ ਪੁੱਛੂੰਗਾ ਜਾਣੂੰਗਾ ਵਿਚਾਰੂੰਗਾ ਫਿਰ ਮੈਂ ਕਹੂੰਗਾ ਨਾ ਵੀ ਯਾਰ ਮੈਂ ਇਹਦੇ ਨਾਲ ਸਹਿਮਤ ਨਹੀਂ ਆ ਚੀਜ਼ਾਂ ਗਲਤ ਨੇ ਉਹ ਉਸ ਉਹ ਚੀਜ਼ਾਂ ਤਾਂ ਸਾਡੇ ਮਤਲਬ ਜ਼ਹਿਨ ਜ਼ਹਿਨ ਚ ਪੈਂਦੀ ਨਹੀਂ ਇਹ ਨਹੀਂ ਲੈਂਦੇ ਹੁੰਦੇ ਆਪਾਂ ਮਤਲਬ ਇੰਨਾ ਜ਼ੋਰ ਨਹੀਂ ਪਾਣਾ ਚਾਹੁੰਦੇ ਰੰਗ ਮੰਚ ਨੂੰ ਤੁਸੀਂ ਵੇੜਿਆਂ ਤੱਕ ਘਰਾ ਤੱਕ ਸੱਥਾਂ ਤੱਕ ਲੈ ਕੇ ਗਏ ਗੁਰਚਰਨ ਭਾਜੀ ਵਾਂਗੂ ਜਿਵੇਂ ਆਪਾਂ ਕਹਿੰਦਾ ਥੜਾ ਥੀਏਟਰ ਵੀ ਕੀਤਾ ਤੁਸੀਂ ਪਰ ਸਟੇਜ ਦੇ ਉੱਤੇ ਵੱਡੇ ਨਾਟਕ ਵੀ ਕੀਤੇ ਫਿਰ ਫਿਲਮਾਂ ਦਾ ਇੱਕ ਦੌਰ ਚੱਲਦਾ ਗਿਆ ਕਿ ਰੰਗ ਮੰਚ ਵੀ ਚੱਲਦਾ ਰਹਿੰਦਾ ਪਰ ਤੁਸੀਂ ਫਿਲਮਾਂ ਨੂੰ ਲੈ ਗਿਓ ਸਿਨੇਮਿਆ ਚ ਲੱਗਦੀਆਂ ਨੇ ਫਿਲਮਾਂ ਤੁਸੀਂ ਸੱਥਾਂ 'ਚ ਜਾ ਕੇ ਫਿਲਮਾਂ ਲਾ ਲੈਂਦੇ ਹੋ ਬਹੁਤ ਖੂਬਸੂਰਤ ਸਵਾਲ ਆ ਇਹ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਇਹ ਹੈਗਾ ਕਿ ਆਪਾਂ ਨੂੰ ਮੈਨੂੰ ਮੈਂ ਇਸ ਗੱਲ ਨੂੰ ਅੱਜ ਦਿਨ ਤੱਕ ਕੱਲ ਦਾ ਦਾਵਾ ਕਰਨਾ ਗਲਤ ਗੱਲ ਆ ਪਰ ਅੱਜ ਦਿਨ ਤੱਕ ਮੈਂ ਇਸ ਗੱਲ ਦਾ ਧਾਰਨੀ ਆ ਕਿ ਯਾਰ ਕਲਾ ਕਲਾ ਲਈ ਇਹ ਤਾਂ ਮੈਂ ਮਰਨ ਤੱਕ ਹੀ ਰਹੂੰਗਾ ਇਹ ਧਾਰਨੀ ਤਾਂ ਮੈਂ ਰਹੂੰਗਾ ਤੇ ਮੈਨੂੰ ਸਮਝ ਆ ਨਾ ਸਮਝ ਨਹੀਂ ਬਦਲ ਸਕਦੀ ਕਦੇ ਵੀ ਜੀ ਵੀ ਕਲਾ ਕਲਾ ਲਈ ਨਹੀਂ ਹੁੰਦੀ ਕਲਾ ਲੋਕਾਂ ਲਈ ਹੁੰਦੀ ਆ ਇਹ ਇਹ ਮਤਲਬ ਮੰਨ ਕੇ ਚੱਲਣਾ ਪਊਗਾ ਤੇ ਜੇ ਕਲਾ ਲੋਕਾਂ ਲਈ ਹੁੰਦੀ ਆ ਤਾਂ ਫਿਰ ਉਹ ਲੋਕਾਂ ਦੀ ਗੱਲ ਕਰੂਗੀ ਹੂੰ ਜੇ ਲੋਕਾਂ ਦੀ ਗੱਲ ਕਰੂਗੀ ਤਾਂ ਲੋਕਾਂ 'ਚ ਜਾ ਕੇ ਲੋਕਾਂ ਦੀ ਗੱਲ ਹੋਊਗੀ ਜੀ ਤੇ ਲੋਕ ਉਸ ਗੱਲ ਨੂੰ ਸੁਣਨ ਦਾ ਫਾਇਦਾ ਤਾਂ ਆ ਜੀ ਅਸੀਂ ਜਦੋਂ ਮਤਲਬ ਸ਼ੁਰੂ ਕੀਤਾ ਸੀਗਾ theater 1988 ਦੇ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਜਦੋਂ ਸ਼ੁਰੂ ਕੀਤਾ ਉਦੋਂ theater ਦਾ ਮਤਲਬ ਉਸ ਵੱਡੇ ਪੱਧਰ ਤੇ theater ਨਹੀਂ ਸੀ ਉਹਨਾਂ ਚਰਮ ਸੀਮਾ ਤੇ theater ਨਹੀਂ ਸੀ theater ਹੁੰਦਾ ਸੀਗਾ ਪਰ ਮੂਵਮੈਂਟ ਜਿਵੇਂ ਬੋਲ ਨਹੀਂ ਸਕਦੇ ਤੁਸੀਂ ਗੱਲ ਨਹੀਂ ਕਰ ਸਕਦੇ ਮਤਲਬ ਇਹ ਪ੍ਰੋਬਲਮਸ ਸੀਗੀਆਂ ਅਸੀਂ ਪਹਿਲਾਂ ਸਕੂਲਾਂ ਚ ਜਾ ਕੇ theater ਕੀਤਾ ਸਕੂਲਾਂ ਜਾ ਕੇ ਕਿਹਾ ਕਿ ਅਸੀਂ ਮਤਲਬ ਨਸ਼ਿਆਂ ਦੇ ਲਈ ਜਾਗਰੂਕਤਾ ਲਈ ਉਦੋਂ ਦਾਸ ਦੇ ਹਿੱਸਾ ਦਾ ਜ਼ਿਆਦਾ ਸਿਸਟਮ ਸੀਗਾ ਵੀ ਅਸੀਂ ਉਹਦੇ ਖਿਲਾਫ ਨਾਟਕ ਕਰਨਾ ਚਾਹੁੰਦੇ ਸੀ ਜੀ ਗੁਰਚਰਨ ਭਾਜੀ ਜਿਵੇਂ ਖੇਡ ਮੇਲੇ ਲੱਗਦੇ ਸੀ ਉਹਨਾਂ ਚ ਨਾਟਕ ਕਰਦੇ ਸੀ ਜਾ ਕੇ ਉਹਨਾਂ ਨਾਲ ਮਿਲੇ ਅਸੀਂ ਲਗਾਤਾਰ ਉਹਨਾਂ ਨਾਲ ਮੈਂ 1900 ਮਤਲਬ 97 ਤੱਕ ਉਹਨਾਂ ਨਾਲ ਵੀ ਕੰਮ ਕੀਤਾ 1988 ਤੋਂ ਲੈ ਕੇ ਤਾਂ ਸਾਨੂੰ ਇੱਕ ਗੱਲ ਤਾਂ ਉਹਨਾਂ ਨਾਲ ਰਹਿ ਕੇ ਇਹ ਸਮਝ ਆਈ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜੇ ਉਹ ਲੋਕਾਂ ਦੇ ਸਮਝ ਨਹੀਂ ਆਉਂਦੀ ਤਾਂ ਉਹ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਆਰਟ ਵੀ ਉਹੀ ਆ ਜਿਹੜਾ ਲੋਕਾਂ ਦੇ ਸਮਝ ਆਵੇ ਜੀ ਜੇ ਉਹ ਸਮਝ ਨਹੀਂ ਆਉਂਦਾ ਤਾਂ ਫਿਰ ਉਸ ਆਰਟ ਦਾ ਕੀ ਫਾਇਦਾ ਵਾ ਅਸੀਂ ਜਿਵੇਂ ਜਿਵੇਂ ਨਾਟਕ ਕਰਦੇ ਰਾ ਨਾਟਕ ਵੱਡੀ ਅ ਪੁਆਇੰਟ ਆਫ ਦੇ ਕੀਤੀ ਚਲੋ ਮੈਂ ਜਿਵੇਂ ਅਸੀਂ ਮਤਲਬ ਟੈਕਨੀਕਲੀ ਵੀ ਟ੍ਰੇਨਿੰਗ ਲਈ ਆ ਹੈ ਨਾ ਪ੍ਰੋਫੈਸ਼ਨਲੀ ਵੀ ਇਹਦੇ ਲਈ ਆਪਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੜੇ ਆ ਜੀ ਸੋ ਉਸ ਤੋਂ ਨਾਲ-ਨਾਲ ਮਤਲਬ ਅਸੀਂ ਜਿਹੜਾ ਇੱਕ ਜਿਹਨੂੰ ਥੜਾ ਥੀਏਟਰ ਕਹ ਲਓ ਲੋਕਾਂ ਦਾ ਥੀਏਟਰ ਕਹ ਲਓ ਪੂਰ ਥੀਏਟਰ ਕਹ ਲਓ ਉਹ ਥੀਏਟਰ ਕਰਨ ਦੇ ਨਾਲ-ਨਾਲ ਅਸੀਂ ਇੱਕ ਸਟੈਪ ਅੱਗੇ ਵੀ ਲਿਆ ਆ ਇਹਦਾ ਫਿਲਮ ਵਾਲੇ ਪਾਸੇ ਫਿਲਮ ਵਾਲੇ ਪਾਸੇ ਵੀ ਥੀਏਟਰ ਦੇ ਵਿੱਚ ਵੀ ਕਸਟ ਹੈ ਜਿਹਦੇ ਵਿੱਚ ਅਸੀਂ ਮਤਲਬ ਜਿਵੇਂ ਲਾਈਟਸ ਦਾ ਯੂਜ਼ ਕਰਨਾ ਮਿਊਜ਼ਿਕ ਦਾ ਯੂਜ਼ ਕਰਨਾ ਸੈਟ ਯੂਜ਼ ਕਰਨਾ ਨਾ ਜਸਟ ਪਰਸੀਮ ਸਟੇਜ ਥੀਏਟਰ ਟਾਈਪ ਅਸੀਂ ਲੈ ਆ ਉਹ ਜੀ ਇਸ ਦੇ ਨਾਲ ਨਾਲ ਜਦੋਂ ਤੁਸੀਂ ਇੱਕ ਗੱਲ ਇਹ ਹੈਗੀ ਹੈ ਕਿ ਸਮਾਜ ਜਿਵੇਂ ਜਿਵੇਂ ਤਰੱਕੀ ਕਰਦਾ ਤੁਸੀਂ ਤਾਂ ਉਹਦੇ ਵਿੱਚ ਨਹੀਂ ਜਾਓਗੇ ਨਾ ਉਹਦੇ ਨਾਲ ਨਹੀਂ ਅੱਗੇ ਵਧੋਗੇ ਡਰ ਬਿਨਾਂ ਕੋ ਤਾਂ ਫਿਰ ਤੁਸੀਂ ਖਤਮ ਵੀ ਹੋ ਜਾਓਗੇ ਹੂੰ ਮੇਂ ਮੰਨਦਾ ਮੈਂ ਹੋ ਸਕਦਾ ਮੇਰੀ ਗੱਲ ਨਾਲ ਬਹੁਤ ਸਾਰੇ ਲੋਕ ਨਾ ਸਹਿਮਤ ਹੋਣ ਪਰ ਤੁਹਾਨੂੰ ਜੇ ਅੱਜ ਮਤਲਬ ਸਮਾਜ ਦੇ ਵਿੱਚ ਟੈਕਨੋਲੋਜੀ ਇੰਨੀ ਅੱਗੇ ਵਧ ਗਈ ਆ ਅਸੀਂ ਫੇਸਬੁੱਕ ਤਾਂ ਵਰਤਣਾ ਚਾਹੁੰਦੇ ਆ ਜੀ ਅਸੀਂ ਇੰਸਟਾਗ੍ਰਾਮ ਤਾਂ ਵਰਤਣਾ ਚਾਹੁੰਦੇ ਸਾਰੇ ਵਰਤਦੇ ਆ ਟੋਟਲ ਵਰਤਦੇ ਆ ਮਤਲਬ ਜਿੰਨੇ 99 99% ਪਰ ਅਸੀਂ ਜੇ ਗੱਲ ਕਰਾਂਗੇ ਵੀ ਯਾਰ ਮੈਂ ਫਿਲਮ ਵੀ ਕਰਨਾ ਚਾਹੁੰਦਾ ਤਾਂ ਉਹਦੇ ਲਈ ਬਹੁਤ ਸਾਰੇ ਲੋਕਾਂ ਦਾ ਵੀ ਲੈ ਇਹ ਤਾਂ ਥੀਏਟਰ ਛੱਡ ਕੇ ਫਿਲਮਾਂ ਚ ਚਲਾ ਗਿਆ ਹੂੰ ਪਹਿਲੀ ਗੱਲ ਇਹ ਕਿ ਮੈਂ ਥੀਏਟਰ ਤਾਂ ਕਿਸੇ ਪੁਆਇੰਟ ਤੋਂ ਬਿਲਕੁਲ ਨਹੀਂ ਛੱਡ ਸਕਦਾ ਹੁਣ ਵੀ ਮਾਰਚ ਮਹੀਨੇ ਚ ਮੈਂ ਲਗਭਗ 14 ਤੇ 15 ਮਤਲਬ ਮਾਰਚ ਦੇ ਵਿੱਚ ਅਪ੍ਰੈਲ ਦੇ ਵਿੱਚ 8-9 ਅਪ੍ਰੈਲ ਦੇ ਵਿੱਚ ਨੇ ਇੰਨੇ ਸ਼ੋਜ਼ ਮੈਂ ਪਿੰਡਾਂ ਦੇ ਵਿੱਚ ਨਾਟਕ ਦੇ ਕੀਤੇ ਥੀਏਟਰ ਦੇ ਕੀਤੇ ਆ ਹੁਣ ਫਿਲਮ ਦਾ ਲੋਕਾਂ ਦੇ ਵਿੱਚ ਕ੍ਰੇਜ਼ ਆ ਟੈਕਨੋਲੋਜੀ ਬਦਲ ਗਈ ਲੋਕ ਫਿਲਮਾਂ ਦੇਖਦੇ ਆ ਲੋਕਾਂ ਤੱਕ ਜਿਆਦੇ ਲੋਕਾਂ ਤੱਕ ਗੱਲ ਚਲੀ ਜਾਂਦੀ ਆ ਜਿਆਦੇ ਲੋਕਾਂ ਤੱਕ ਗੱਲ ਚਲੀ ਜਾਂਦੀ ਆ ਜੀ ਫਿਲਮ ਤਾਂ ਲੋਕਾਂ ਨੇ ਦੇਖਣੀ ਹੀ ਆ ਅਸੀਂ ਰੌਲਾ ਪਾ ਰਹੇ ਆਂ ਵੀ ਸਾਡੇ ਬੱਚੇ ਵਿਗੜ ਗਏ ਅਸੀਂ ਰੌਲਾ ਪਾ ਰਹੇ ਆਂ ਵੀ ਸਾਡੇ ਬੱਚੇ ਕਟਿਆ ਕਲਚਰਬਲ ਗੰਦੇ ਸੱਭਿਆਚਾਰਬਲ ਚਲੇ ਗਏ ਉਹ ਕਟਿਆ ਤੇ ਗੰਦੇ ਗੀਤ ਸੁਣਦੇ ਆ ਗੰਦੀਆਂ ਫਿਲਮਾਂ ਵੇਖਦੇ ਆ ਮਤਲਬ ਉਹ ਇਦਾਂ ਉਹਦੀਆਂ ਤੀਜੇ ਦਰਜੇ ਦੀਆਂ ਫਿਲਮਾਂ ਦੇਖਦੇ ਆ ਤੇ ਫਿਲਮ ਤਾਂ ਦੇਖਣੀ ਆ ਨਾ ਉਹਨਾਂ ਨੇ ਜਿਹਨਾਂ ਕੋਲ ਹੈ ਹੀ ਨਹੀਂ ਕੋਈ ਜਿਹਨਾਂ ਕੋਲ ਹੈ ਹੀ ਨਹੀਂ ਤੁਹਾਡੇ ਕੋਲ ਅਲਟਰਨੇਟ ਤਾਂ ਹੈ ਨਹੀਂ ਤੁਸੀਂ ਕੁਝ ਦੇਣ ਨੂੰ ਇਸ ਨੂੰ ਉਹ ਉਹ ਦੇਖਣਗੇ ਨਹੀਂ ਅਸੀਂ ਇਸ ਗੱਲ ਦਾ ਮਤਲਬ ਸਾਡ ਅਸੀਂ ਮਾਣ ਵੀ ਮਹਿਸੂਸ ਕਰਦੇ ਆਂ ਪੰਜਾਬ ਦੇ ਵਿੱਚ ਅਸੀਂ ਇੱਕ ਵੱਖਰੀ ਗੱਲ ਸ਼ੁਰੂ ਕੀਤੀ ਹੈ ਜਿਹੜੀ ਜਿਹਨੂੰ ਅਸੀਂ ਮਤਲਬ ਇੱਕ ਤਾਂ ਤੀਜੇ ਸਿਨਮੇ ਦਾ ਨਾਮ ਦਿੱਤਾ ਤੇ ਦੂਜੀ ਗੱਲ ਇਹ ਹੈ ਕਿ ਅਸੀਂ ਸਿਨਮੇ ਨੂੰ ਲੋਕਾਂ ਤੱਕ ਲੈ ਕੇ ਗਏ ਆ ਅਸੀਂ ਫਿਲਮ ਜਿਵੇਂ ਤੁਸੀਂ ਗੱਲ ਕੀਤੀ ਆ ਮੈਂ ਚੰਮ ਫਿਲਮ ਬਣਾਈ ਅਸੀਂ ਮੈਂ ਤੇ ਉਹ ਮੇਰਾ ਦੋਸਤ ਜਿਹੜਾ ਤਜਿੰਦਰ ਤੀਰਸੀ ਅਸੀਂ ਦੋਨਾਂ ਨੇ ਪ੍ਰੋਡਿਊਸ ਕੀਤਾ ਉਸ ਫਿਲਮ ਨੂੰ ਜੀ ਰਜੀਬ ਹੁਣਾਂ ਨੇ ਉਸ ਨੂੰ ਡਾਇਰੈਕਟ ਕੀਤਾ ਤੇ ਮੈਂ ਉਹਦੇ ਵਿੱਚ ਮੇਨ ਲੀਡ ਵੀ ਰੋਲ ਲੀਡਸ ਵੀ ਰੋਲ ਕੀਤਾ ਹੈ ਜੀ ਤੇ ਜਦੋਂ ਅਸੀਂ ਉਹ ਫਿਲਮ ਬਣਾਈ ਤੇ ਸਾਡੇ ਤੇ ਸੀਗਾ ਵੀ ਅ ਬੜੀਆਂ ਤੰਗੀਆਂ ਤੁਰਸ਼ੀਆਂ 'ਚ ਫਿਲਮ ਬਣਾਈ ਮੈਂ ਉਹਨਾਂ ਦਾ ਆਰਟਿਸਟ ਦਾ ਵੀ ਧੰਨਵਾਦ ਕਰਨਾ ਅੱਜ ਸੀਰੀ ਵੀ ਸ਼ਾਇਦ ਸੀਰੀ 80 ਦੀ ਫਿਲਮ ਉਸ ਤੋਂ ਬਾਅਦ ਸੈਕਿੰਡ ਸਾਡੀ ਸੀਦੀ ਸੀਗੀ ਜੀ ਤੇ ਅਸੀਂ ਇਹ ਗੱਲ ਕੀਤੀ ਵੀ ਯਾਰ ਇੱਕ ਸਵਾਲ ਵੀ ਹੈ ਸਾਡੇ ਤੇ ਵੀ ਯਾਰ ਤੁਸੀਂ ਸਿਨੇਮੇ 'ਚ ਫਿਲਮ ਤਾਂ ਸਿਨੇਮੇ 'ਚ ਰਿਲੀਜ਼ ਕਰਨੀ ਹੁੰਦੀ ਹੈ ਜੇ ਸਿਨੇਮੇ 'ਚ ਨਹੀਂ ਰਿਲੀਜ਼ ਕੀਤੀ ਫਿਰ ਉਹ ਕਾਦੀ ਫਿਲਮ ਹੈ ਅਸੀਂ ਫੀਚਰ ਫਿਲਮ ਹੀ ਕਹਿੰਨੇ ਉਹਨਾਂ ਫੀਚਰ ਫਿਲਮਾਂ ਅਸੀਂ ਸੋਚ ਸਮਝ ਕੇ ਸਿਨੇਮੇ ਚ ਰਿਲੀਜ਼ ਨਹੀਂ ਕੀਤੀ ਸੋਚ ਸਮਝ ਕੇ ਕਿਤੇ ਵੀ ਸਾਡੇ ਕੋਲ ਇੰਨੇ ਪੈਸੇ ਨਹੀਂ ਕਿ ਅਸੀਂ ਉਹਦੀ ਇੰਨੀ ਪ੍ਰੋਮੋਸ਼ਨ ਕਰ ਸਕੀਏ ਪ੍ਰੋਮੋਸ਼ਨ ਤੋਂ ਬਿਨਾ ਤਾਂ ਅੱਜਕੱਲ ਮਤਲਬ ਕੁਝ ਨਹੀਂ ਹੁੰਦਾ ਜੀ ਫਿਰ ਸਾਨੂੰ ਐ ਲੱਗਿਆ ਵੀ ਯਾਰ ਸਿਨੇਮੇ ਚ ਅਸੀਂ ਫਿਲਮ ਲਾਵਾਂਗੇ ਤਾਂ ਸਿਨੇਮਾ ਕ ਦੇਖਣ ਕੌਣ ਜਾਂਦਾ ਹੈ ਸਿਨੇਮਾ ਦੇਖਣ ਤਾਂ ਉਹ ਜਾਊਗਾ ਨਾ ਜਿਹੜਾ 5-700-800 ਰੁਪਈਆ ਇੱਕ ਪਰਿਵਾਰ ਜਿਹੜਾ ਉਹ ਖਰਚ ਕਰ ਸਕਦਾ ਟਿਕਲਾਊਗਾ ਫਿਰ ਕੋਲ ਨਹੀਂ ਗਲਊਗਾ ਉਹ ਸਾਰਾ ਕੁਝ ਜਿਹੜਾ ਹੈਗਾ ਬੱਚੇ ਜਾਣਗੇ ਫਿਰ ਉਹ 2 ਰੁਪਏ ਦੇ ਦਾਣੇ 200 ਚ ਫਿਰ ਉਹ ਚੰਮ ਨਹੀਂ ਦੇਖ ਕੇ ਆਊਗਾ ਉਹ ਚੰਮ ਨਹੀਂ ਦੇਖ ਕੇ ਆਊਗਾ ਉਹਦੀ ਪਹੁੰਚ ਹੀ ਨਹੀਂ ਜਿਹੜਾ ਜਿਨ੍ਹਾਂ ਲੋਕਾਂ ਲਈ ਚੰਮ ਬਣਾਈ ਆ ਜਾਂ ਜਿਹੜੇ ਚੰਮ ਵਾਲੇ ਲੋਕ ਨੇ ਇਸ ਸੁਸਾਇਟੀ ਦਾ ਉਹ ਹਿੱਸਾ ਨੇ ਉਹ ਫਿਲਮ ਦੇਖਣ ਜਾ ਹੀ ਨਹੀਂ ਸਕਦੇ ਕਿਸੇ ਵੀ ਕੀਮਤ ਤੇ ਉਸਨ ਵਿੱਚ ਨਹੀਂ ਜਾ ਸਕਦੇ ਫਿਰ ਅਸੀਂ ਇਹ ਸੋਚ ਕੇ ਫੈਸਲਾ ਕੀਤਾ ਵੀ ਜੇ ਉਹ ਲੋਕ ਸਿਨੇਮੇ ਤੱਕ ਨਹੀਂ ਜਾ ਸਕਦੇ ਤਾਂ ਸਿਨੇਮਾ ਅਸੀਂ ਉਹਨਾਂ ਲੋਕਾਂ ਤੱਕ ਲੈ ਕੇ ਉਹੀ ਉਹੀ ਸ਼ਬਦ ਨੇ ਜਦੋਂ ਅਸੀਂ ਕਹਿੰਦੇ ਕਿ ਥੀਏਟਰ ਦੇਖਣ ਜੇ ਲੋਕ ਨਹੀਂ ਆ ਸਕਦੇ ਤਾਂ ਥੀਏਟਰ ਉਹਨਾਂ ਦੇ ਘਰਾਂ ਤੱਕ ਜਾਊਗਾ ਬਿਲਕੁਲ ਉਹ ਅਸੀਂ ਇਸੇ ਵਿੱਚ ਨਹੀਂ ਫਿਰ ਇਹ ਫਿਰ ਜੇ ਨੁਕਸਾਨ ਜਿਵੇਂ ਤੁਸੀਂ ਅਕਸਰ ਕਹਿੰਦੇ ਹੋ ਕਿ ਅਸੀਂ 12 ਲੱਖ ਲਾਇਆ ਜੀ ਅਸੀਂ 14 ਲੱਖ ਲਾਇਆ ਸੀ ਤੁਹਾਡੇ ਲਈ ਫਿਲਮ ਲੈ ਕੇ ਆਏ ਤੁਸੀਂ ਉਹ ਫਿਲਮਾਂ ਨਹੀਂ ਦੇਖਣੀਆਂ ਜੀ ਚ ਨਗੇਜ ਦਿਖਾਇਆ ਜਾਂਦਾ ਹਾਸੇ ਠੱਠੇ ਨੇ ਫਿਰ ਉਹਨਾਂ ਦਾ ਵਿਰੋਧ ਕਿਉਂ ਕਰਦੇ ਹੋ ਤੁਸੀਂ ਨਹੀਂ ਨਹੀਂ ਇਹ ਇਹਦੇ ਚ ਮੈਂ ਥੋੜਾ ਜਿਹਾ ਕਰੈਕਟ ਕਰ ਦੇਣਾ ਚਾਹੁੰਦਾ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹ ਨਹੀਂ ਕਹਿੰਦੇ ਉਹ ਫਿਲਮਾਂ ਨਾ ਦੇਖੋ ਤੁਸੀਂ ਇਹ ਬਿਲਕੁਲ ਗਲਤ ਆ ਅਸੀਂ ਐਂ ਕਹਿੰਦੇ ਆ ਵੀ ਆਹ ਫਿਲਮ ਚ ਨਗੇਜ ਨਹੀਂ ਹੈਗਾ ਤੁਹਾਡੇ ਲਈ ਇਹਦੇ ਫਿਲਮ ਚ ਦੋ ਅਰਥੀਆਂ ਗੱਲਾਂ ਨਹੀਂ ਹੈਗੀਆਂ ਸਾਡੇ ਕੋਲੇ ਜੀ ਇਹ ਤੁਹਾਡੇ ਦੁੱਖਾਂ ਸੁੱਖਾਂ ਦੀ ਗੱਲ ਆ ਜੇ ਤੁਸੀਂ ਦੇਖਣਾ ਚਾਹੁੰਦੇ ਏ ਤਾਂ ਇਹ ਵੇਖਣ ਲਈ ਦੇਖੋ ਨਹੀਂ ਦੁਖੀ ਤਾਂ ਪਹਿਲਾਂ ਹੀ ਬਹੁਤ ਨੇ ਲੋਕ ਹਾਂਜੀ ਦੁਖੀ ਤਾਂ ਪਹਿਲੇ ਹੀ ਬਹੁਤ ਨੇ ਉਹਨਾਂ ਨੂੰ ਹੋਰ ਉਹਨਾਂ ਦੀਆਂ ਦੁੱਖ ਦੀਆਂ ਰਗਾਂ ਤੇ ਹੱਥ ਰੱਖ ਕੇ ਉਹ ਕਹਿੰਦੇ ਇਹ ਤਾਂ ਹੱਸਣਾ ਚਾਹੁੰਦੇ ਆ ਨਹੀਂ ਨਹੀਂ ਲੋਕ ਕਹਿੰਦੇ ਦੇਖਣੀਆਂ ਉਹਦੀਆਂ ਫਿਲਮਾਂ ਚਾਹੁੰਦੇ ਮੈਨੂੰ ਐਂ ਲੱਗਦਾ ਵਾ ਅਸੀਂ ਚਾਹੁੰਦੇ ਆ ਕਿ ਲੋਕ ਹੱਸਣ ਇਹ ਤਾਂ ਬਿਲਕੁਲ ਨਹੀਂ ਅਸੀਂ ਕਹਿੰਦੇ ਵੀ ਲੋਕ ਹੱਸਣ ਅਸੀਂ ਚਾਹੁੰਦੇ ਆ ਲੋਕ ਟੈਂਪਰੇਰੀ ਨਾ ਹੱਸਣ ਉਹਨਾਂ ਦੇ ਹਾਸੇ ਦਾ ਪਰਮਾਨੈਂਟ ਹੱਲ ਹੋਵੇ ਮੈਂ ਘਟੀਆਂ ਚਟਕਲੇ ਸੁਣਾ ਕੇ ਜਾਂ ਹਾਸੇ ਵਾਲੀ ਸਾਡੀ ਫਿਲਮ ਦੇ ਵਿੱਚ ਵੀ ਹਾਸਾ ਵਾ ਉਮ ਜੇ ਤੁਸੀਂ ਚੰਮ ਵੇਖੀ ਹੋਏ ਹਸਬੈਂਡ ਵਾਈਫ ਦੀ ਨੋਕ ਝੋਕ ਹੈ ਜਦੋਂ ਉਹਨਾਂ ਦੀ ਉਹ ਉਹ ਆਉਂਦਾ ਹੈ ਰਾਹੁ ਕੇਤੂ ਦੀ ਗੱਲ ਕਰਦੇ ਆ ਜਦੋਂ ਜਦੋਂ ਉਹ ਸ਼ਹਿਰੋਂ ਆਉਂਦਾ ਹੈ ਬੰਦਾ ਜਿਹੜਾ ਇੱਕ ਮਤਲਬ ਜਿਹੜਾ ਸਾਡਾ ਇੱਕ ਪਾਤਰ ਹੈ ਮੇਨ ਪਾਤਰ ਦਾ ਭਰਾ ਹੈਗਾ ਮੇਬੀ ਉਹਦਾ ਦੋਸਤ ਸ਼ਹਿਰ ਤੋਂ ਆਉਂਦਾ ਹੈ ਮੁੜ ਕੇ ਤੇ ਉਹ दारू ਪੀਂਦਾ ਹੈ ਉਹਨੂੰ ਠੇਕੇ ਤੇ ਲਿਆ ਕੇ ਤੇ ਉਸ ਸ਼ਹਿਰ ਦੀਆਂ ਤੇ ਪਿੰਡ ਦੀਆਂ ਕੰਪੈਰੀਜ਼ਨ ਕਰਦਾ ਹੈ ਗੱਲਾਂ ਕਰਦਾ ਹੈ ਮਤਲਬ ਆ ਸਥਿਤੀ ਦੇ ਵਿੱਚ ਉਹ ਹਾਸਾ ਉੱਪਜਿਆ ਹਾਸਾ ਉੱਪਜਿਆ ਵੀ ਉਹ ਬੇਲੋੜਾ ਬੇਲੋੜਾ ਹੱਸਣਾ ਨਹੀਂ ਹੈਗਾ ਨਾਲੇ ਹਾਸਾ ਤਾਂ ਹੱਸਣਾ, けਡਣਾ, ਨੱਚਣਾ, ਟੱਪਣਾ ਮਨ ਕਾ ਚਾਹਵਾ। ਹੂੰ ਇਹਨੂੰ ਕਿਵੇਂ ਕਕ ਟੋਰਸ ਨਹੀਂ ਤਾਂ ਅਸੀਂ ਕਹਿੰਦੇ ਨਹੀਂ ਹੈਗੇ ਵੀ ਨਹੀਂ ਹੈਗਾ। ਪਰ ਉਹਨਾਂ ਹਾਸਿਆਂ ਦੇ ਵਿੱਚ ਤੁਹਾਡੇ ਸੀਰੀਅਸ ਮੁੱਦੇ ਗਾਇਬ ਹੋ ਜਾਣ ਇਹ ਸਵਾਲ ਹੈ। ਅਸੀਂ ਇਹ ਕਹਿੰਦੇ ਆਂ ਵੀ 75 ਸਾਲਾਂ ਤੋਂ ਤੁਸੀਂ ਨੱਚਦੇ ਤੇ ਟੱਪਦੇ ਆ ਰਹੇ ਹੋ। ਹੁਣ ਸੋਚੋਗੇ ਕਦੇ ਸੋਚਣਾ ਵੀ ਜਾਂ ਨਾਲ। ਸੋਚਣਾ ਜ਼ਰੂਰੀ ਹੈ। ਅਸੀਂ ਨੱਚਣਾ ਟੱਪਣਾ ਨਹੀਂ ਲਾਉਣਾ ਚਾਹੁੰਦੇ ਆਂ। ਅਸੀਂ ਸੋਚਣਾ ਲਾਉਣਾ ਚਾਹੁੰਦੇ ਆਂ। ਜੀ ਕਿ ਸੋਚੋ ਯਾਰ ਤੁਹਾਡੀਆਂ ਹੋਣੀਆਂ ਦਾ ਇਹ ਇਹ ਹਸਰ ਕਿਉਂ ਆ? ਸੋਚੋ ਕਿ ਤੁਹਾਡੇ ਮੈਂ ਇੱਕ ਥਾਂ ਤੇ ਇੰਟਰਵਿਊ ਕਰਨ ਗਿਆ। ਹੂੰ ਮਤਲਬ ਨਾਟਕ ਦੇ ਸਬੰਧ ਦੇ ਵਿੱਚ ਉਸ Dalit ਪਰਿਵਾਰ ਦੇ ਵਿੱਚ ਮੈਂ ਬੈਠਾ ਅਸੀਂ ਪੁੱਛੀ ਜਾਂਦੇ ਆ ਬਾਹਰ ਵੀ ਕੀ ਕਰਦਾ 2.5 ਘੰਟੇ ਇੰਟਰਵਿਊ ਚੱਲੀ ਤੇ ਉਹ ਇੱਕ ਭੈਣ ਸਾਡੀ ਉੱਥੇ ਆਵੇ ਇਦਾਂ ਚੱਲ ਗਿਆ ਸੀ ਕਿ ਆ ਦੇ ਹੈ ਗਿਆ 2.5 ਘੰਟਿਆਂ ਬਾਅਦ ਉਹਨੇ ਕਿਹਾ ਵੀਰ ਜੀ ਆਇਥੋਂ ਥੋੜਾ ਜਿਹਾ ਪਾਸੇ ਹੋਵੋਗੇ ਤੁਸੀਂ ਮੈਂ ਬਾਥਰੂਮ ਜਾਣਾ ਹੁਣ ਉਸ ਘਰ ਦੇ ਵਿੱਚ ਜਿੱਥੇ ਅਸੀਂ ਬੈਠੇ ਉਹ ਇੱਟਾਂ ਦੇ ਢਾਰੇ ਨਾਲ ਇੱਕ ਦੂ ਕੰਨਾਂ ਚਿਣੀਆਂ ਹੋਈਆਂ ਤੇ ਮੂਰੇ ਇੱਕ ਪਰਦਾ ਲਾਇਆ ਹੈ ਚਾਦਰ ਪ੍ਰਾਣੀ ਫਟੇ ਹੋਈ ਚਾਦਰ ਉਹਨੇ ਟੰਗੀ ਹੋਈ ਤੇ ਇਹ 75 76 ਸਾਲ ਬੀਤ ਗਿਆ ਆਜ਼ਾਦੀ ਦੇ ਅਸੀਂ ਮਤਲਬ ਇਸ ਇਸ ਪੋਜੀਸ਼ਨ ਦੇ ਵਿੱਚੋਂ ਇਸ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਸੀਗੀ ਭਗ ਸਿੰਘ ਨੇ ਇਸ ਲਈ ਉਹਨਾਂ ਨੇ ਆਪਣਾ ਸਰਵਾਂਸ ਕੁਰਬਾਨ ਕੀਤਾ ਸੀਗਾ ਕਿ ਸਾਡੇ ਲਈ ਮਤਲਬ ਬੁਢਲੀਆਂ ਸਹੂਲਤਾਂ ਤੋਂ ਵੀ ਅਸੀਂ ਚਲੇ ਜਾਣਾ ਅੱਜ ਜਿਹੜੀ ਹੈ ਸਾਡੀ ਫਿਲਮਾਂ ਚੰਮ ਉਹਦੇ ਵਿੱਚ ਇੱਕ ਅਸੀਂ ਮਤਲਬ ਉਹ ਕਹਾਣੀ ਆ ਉਹ ਕਹਾਣੀ ਨਹੀਂ ਉਹ ਸੱਚੀ ਘਟਨਾ ਵਾ ਦੁਆਬੇ ਦੇ ਵਿੱਚ ਘਟਨਾ ਵਾਪਰੀ ਹੈ ਬੱਚਾ ਪੈਦਾ ਹੋਇਆ ਉਹਨੂੰ ਜਮਦੇ ਨੂੰ ਹੀ ਨਿਮੂਨੀਆਂ ਜਾਂ ਪੀਲੀਆ ਹੋ ਗਿਆ ਉਹਨਾਂ ਨੂੰ 2200 ਰੁਪਏ ਉਹਨਾਂ ਨੇ ਜਮਾ ਕਰਾਉਣਾ ਸੀ ਹਸਪੀਟਲ ਨਹੀਂ ਕਰਾ ਸਕੇ ਬੱਚਾ ਮਰ ਗਿਆ ਅਸੀਂ ਕਿਹੜੀ ਕਿਹੜੀ ਤਰੱਕੀ ਦੀ ਗੱਲ ਕਰਦੇ ਆ ਕਿਹੜੀ ਦੁਨੀਆ ਦੀ ਗੱਲ ਕਰਦੇ ਆ ਇਹਨਾਂ ਤੇ ਹੱਸਿਆ ਜਾਊਗਾ ਅੱਜ ਜਦੋਂ 3 ਸਾਲ ਦੀ ਬੱਚੀ ਨਾਲ ਰੇਪ ਕਰਕੇ ਗੁੰਡੇ ਉਹਨਾਂ 8 ਮਹੀਨੇ ਦੀ ਬੱਚੀ ਨਾਲ ਰੇਪ ਕਰਕੇ ਉਹਨੂੰ ਦਬ ਦਿੱਤਾ ਜਾਂਦਾ ਹੈ ਇਹਨਾਂ ਚੀਜ਼ਾਂ ਤੇ ਹੱਸਿਆ ਜਾਊਗਾ ਹੱਸਣਾ ਰੁਕਣਾ ਨਹੀਂ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਹਾਸਾ ਨਾ ਆਵੇ ਅਸੀਂ ਵੀ ਹੱਸਣਾ ਚਾਹੁੰਦੇ ਆ ਪਰ ਅਸੀਂ ਇੱਕ ਟਾਈਮ ਬੀਂਗ ਵਾਲਾ ਹਾਸਾ ਨਹੀਂ ਚਾਹੁੰਦੇ ਅਸੀਂ ਇੱਕ ਪਰਮਾਨੈਂਟ ਉਹਨਾਂ ਲੋਕਾਂ ਲਈ ਹਾਸਾ ਚਾਹੁੰਦੇ ਆ ਜਿਹੜੀਆਂ ਉਹਨਾਂ ਬੁੱਲਾਂ ਤੇ ਹਮੇਸ਼ਾ ਮੁਸਕਾਨ ਰਵੇ ਜਿਨ੍ਹਾਂ ਨੂੰ ਕਟੋ-ਕਟ ਇਹ ਫਿਕਰ ਨਾ ਹੋਵੇ ਕਿ ਅੱਜ ਮੈਂ ਰੋਟੀ ਖਵਾਤੀ ਸਵੇਰੇ ਬੱਚਿਆਂ ਨੂੰ ਤੇ ਰਾਤ ਤੱਕ ਕਿਸੇ ਫਿਕਰ ਚ ਮਾਂ ਰਵੇ ਵੀਰ ਸ਼ਾਮ ਨੂੰ ਰੋਟੀ ਪੱਕੂਗੀ ਕਿ ਨਹੀਂ ਪੱਕੂਗੀ ਉਹ ਕਿਵੇਂ ਹੱਸ ਸਕਦਾ ਦੱਸੋ ਤੁਸੀਂ ਜੀ ਇਹ ਇਹਹੀ ਕਾਰਨ ਹੈ ਕਿ ਜਿਵੇਂ ਬਾਹਰਲੇ ਨਿਰਦੇਸ਼ਕ ਜਿਵੇਂ ਕੱਲ ਪਰਸੋਂ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਉਹ ਆ ਕੇ ਕਹਿੰਦੇ ਨੇ ਕਿ ਪੰਜਾਬ ਆ ਕੇ ਬਾਕੀ ਸਭ ਕੁਝ ਚੰਗਾ ਲੱਗਿਆ ਪਰ ਇਸ ਗੱਲ ਦਾ ਦੁੱਖ ਲੱਗਿਆ ਕਿ ਅਸੀਂ ਸੋੜਦੇ ਸੀ ਇਹ ਪਗਸ ਸਿੰਘ ਹੋਣਾ ਦਾ ਪੰਜਾਬ ਹੈ ਇਹ ਇਹ ਸੁਖਦੇਵ ਹੋਣਾ ਦਾ ਪੰਜਾਬ ਹੈ ਬਾਬਾ ਨਾਨਕ ਜਿਸ ਧਰਤੀ ਤੇ ਹੈ ਗੁਰੂ ਗੋਬਿੰਦ ਸਿੰਘ ਜਿਸ ਧਰਤੀ ਤੇ ਹੈ ਤੇ ਜਾਤ ਪਾਤ ਇਥੋਂ ਖਤਮ ਨਹੀਂ ਹੋਈ ਐ ਐਗਜ਼ੈਕਟਲੀ ਨਹੀਂ ਹੋਈ ਆ ਇਹਦੇ ਵਿੱਚ ਤਾਂ ਮਤਲਬ ਮੈਂ ਕੀ ਮੈਂ ਕਿਉਂ ਕਹਿਣਾ ਆਪਾਂ ਆਪ ਹੀ ਦੇਖ ਲਓ ਤੁਸੀਂ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਅਲੱਗ-ਅਲੱਗ ਗੁਰਦੁਆਰੇ ਨੇ ਸਮਸ਼ਾਨ ਘਾਟਾ ਅਲੱਗ-ਅਲੱਗ ਨੇ ਹੈਨਾ ਮੈਂ ਆਪ ਨੂੰ ਕਹਿੰਦਾ ਵੀ ਅਸੀਂ ਜਿਹੜੇ ਸਮਾਜ ਦੇ ਵਿੱਚੋਂ ਆਏ ਹਾਂ ਹੁਣ ਮੈਂ 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 ਉਹੀ ਕਰਨਾ ਚਾਹੁੰਦਾ ਇਹ ਗੱਲ ਵੀ ਤੁਸੀਂ ਚੰਮ ਤਾਂ ਬਣਾ ਲਈ ਸ਼ਰਮਾ ਤੁਹਾਡੇ ਮਗਰ ਨਾਮ ਅਗਰਉਣੀ ਲਿਆ ਜੀ ਅਸੀਂ ਇਹ ਗੱਲ ਬਿਲਕੁਲ ਸਹੀ ਆ ਵੀ ਇਹ ਪੂਛਾ ਲੈਣੀ ਚਾਹੀਦੀ ਆ ਇਹ ਆਮ ਨਾਰਮਲ ਦੇ ਵਿੱਚ ਗੱਲ ਚਲੀ ਗਈ ਉਹ ਅਸੀਂ ਮਤਲਬ ਜਿਹੜੀ ਜਦੋਂ ਚੰਮ ਜਾਂ ਅਸੀ ਫਿਲਮ ਦੇ ਵਿੱਚ ਬਕਾਇਦਾ ਦੇਚੋ ਤੇ ਕਲਾ ਸੁਰੇਂਦਰ ਲਿਖਿਆ ਪਰ ਮੈਂ ਇੱਕ ਗੱਲੀ ਵੀ ਕੀਤੀ ਕਿ ਇਹ ਮੇਰੇ ਨਾਮ ਤੋਂ ਪੂਛ ਹਟਾਉਣ ਨਾਲ ਕੀ ਸਾਰਾ ਕੁਝ ਬਦਲ ਜਾਏਗਾ ਨਹੀਂ ਨਹੀਂ ਬਦਲੇਗਾ ਅਸੀਂ ਉਹ ਕੰਮ ਮੈਂ ਇਹ ਇਸ ਇੰਨੇ ਕਪੋਰਸ਼ਨ ਨੂੰ ਛੱਡ ਦੋ ਜੀ ਕਿ ਮੈਂ ਪੰਡਤ ਦੇ ਘਰ ਦੇ ਵਿੱਚ ਜੰਮ ਕੇ ਮੈਂ ਉਸ ਤੁਰ ਅੰਦਰ ਤੱਕ ਉਸ ਸਮਾਜ ਦੀ ਗੱਲ ਕੀਤੀ ਹੈ ਜਿਹੜਾ ਬਿਲਕੁਲ ਗਰੀਬੀ ਤੋਂ ਵੀ ਕਿੰਨਾ ਕਿੰਨਾ ਹਟਾ ਜਾ ਚੁੱਕਿਆ ਵਾ ਮੈਂ ਚਮੜੇ ਦਾ ਕੰਮ ਕਰਨ ਵਾਲੇ ਮੈਂ ਆਪ ਉਸ ਮਤਲਬ ਹੱਡਾ ਰੋੜੀ ਚ ਜਾ ਕੇ ਖੁਦ ਮੱਜਾਂ ਦਾ ਉਹ ਸਾਰਾ ਕੰਮ ਕੀਤਾ 15 ਦਿਨ ਜਾ ਕੇ ਕਿ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਫਿਲਮ ਲਈ ਇਸ ਫਿਲਮ ਲਈ ਤੇ ਸਾਰੇ ਸਾਰੇ ਕੰਮ ਇਹ ਮੇਰਾ ਕੀ ਕਸੂਰ ਹੈ ਕਿ ਜੇ ਮੈਂ ਸੂਕਾ ਪੰਡਤਾਂ ਦੇ ਘਰ ਚ ਜੰਮ ਗਿਆ ਪਰ ਮੈਨੂੰ ਇਸ ਮੈਨੂੰ ਇੱਕ ਹੋਰ ਮੈਂ ਤੁਹਾਨੂੰ ਮੈਂ ਹੀ ਦੱਸ ਦੇਣਾ ਤੁਸੀਂ ਸਵਾਲ ਪਾਵੇਂ ਨਾ ਵੀ ਪੁੱਛੋ ਮੈਨੂੰ ਜਦੋਂ ਚੰਮ ਫਿਲਮ ਬਣਾਈ ਤਾਂ ਬਹੁਤ ਸਾਰੀਆਂ ਗੱਲਾਂ ਆਈਆਂ ਇਦਾਂ ਵੀ ਇੱਕ ਪੰਡਤਾਂ ਦਾ ਮੁੰਡਾ ਜਿਹੜਾ ਹੈਗਾ ਵਾ ਉਹ ਮਤਲਬ ਇਦਾਂ ਚੰਮ ਦਾ ਕੰਮ ਕਰਨ ਵਾਲੇ ਜਾਂ ਉਸ ਦਲਿਤ ਸਮਾਜ ਦੀ वेदना ਮਤਲਬ ਉਹ ਉਹਨੂੰ ਪੀੜਾ ਨੂੰ ਕਿਵੇਂ ਸਮਝ ਸਕਦਾ ਉਹ ਕਿਵੇਂ ਇਹ ਐਕਟਿੰਗ ਕਰ ਸਕਦਾ ਬੜਾ ਬਚਕਾਨਾ ਜਿਹਾ ਸੀਗਾ ਫਿਰ ਤਾਂ ਮਤਲਬ ਇਹ ਤਾਂ ਉਹੀ ਕਹਿ ਸਕਦੇ ਆਪਾਂ ਵੀ ਜਿਹੜਾ ਜਿਹੜਾ ਜਿਹੜੀ ਕਾਸਟ ਦੇ ਵਿੱਚ ਜੰਮਿਆ ਉਹੀ ਕੋਈ ਰੋਲ ਕਰੇ ਫਿਰ ਤਾਂ ਬਾਕੀ ਕੋਈ ਕੁਝ ਨਾ ਕਰੇ ਹੈਨਾ ਤੇ ਨਾ ਜਿਹੜਾ ਐਸਸੀ ਆ ਉਹ ਨਾ ਜੱਟ ਦਾ ਕਰੇ ਨਾ ਜੱਟਾ ਜਿਹਨਾਂ ਨੂੰ ਐਸਸੀ ਦਾ ਕਰੇ ਇਹ ਤਾਂ ਮਤਲਬ ਵੈਸੇ ਹੀ ਬਚਕਾਨਾ ਖਾਸ ਕਰਕੇ ਐਕਟਿੰਗ ਦੇ ਨਾਲ ਜੁੜੇ ਲੋਕਾਂ ਨੂੰ ਪਰ ਮੈਂ ਇੱਕ ਉਹਦਾ ਜਵਾਬ ਹੋਰ ਵਧੀਆ ਟੰਗ ਨਾਲ ਮੈਨੂੰ ਲੱਗਦਾ ਕਿ ਉਹ ਖੂਬਸੂਰਤ ਹੋਏਗਾ ਕਿ ਸਾਹਿਤ ਦੇ ਵਿੱਚ ਦੋ ਸ਼ਬਦ ਨੇ ਇੱਕ ਵੇਦਨਾ ਇੱਕ ਸੰਵੇਦਨਾ ਜੀ ਵੇਦਨਾ ਜਿਹੜਾ ਤੁਸੀਂ ਫਸਟ ਹੈਂਡ ਐਕਸਪੀਰੀਅੰਸ ਹੰਡਾਉਂਦੇ ਹੋ ਮੈਂ ਦਰਦ ਦੇ ਘਰ ਜੰਮਿਆ ਮੇਰੇ ਨਾਲ ਜਿਹੜੇ ਵਿਤਕਰੇ ਹੋਏ ਮੇਰੇ ਨਾਲ ਜਿਹੜੀਆਂ ਤਕਲੀਫਾਂ ਹੋਈਆਂ ਮੈਨੂੰ ਦਤਕਾਰਿਆ ਕੁੱਟ ਪਈ ਘਰੋਂ ਬਾਹਰ ਕੱਢਿਆ ਲੱਤਾਂ ਜੁੱਤੀਆਂ ਮਾਰੀਆਂ ਇਹ ਮੇਰੀ ਵੇਦਨਾ ਵਾ ਮੈਂ ਚੱਲਿਆ ਵਾ ਮੈਂ ਸਮਝ ਸਕਦਾ ਦੂਜਾ ਹੈਗਾ ਸੰਵੇਦਨਾ ਜੀ ਕਿ ਮੈਂ ਸਾਈਡ ਤੇ ਖੜ ਕੇ ਉਸ ਤਕਲੀਫ ਨੂੰ ਮਹਿਸੂਸ ਮਹਿਸੂਸ ਕੀਤਾ ਜੀ ਜਿਹਦੇ ਕੁੱਟ ਪੈ ਰਹੀ ਉਹ ਤਾਂ ਕਰੀਦੇ ਆ ਨਾ ਉਹਨੂੰ ਤਾਂ ਤਕਲੀਫ ਆ ਜੇ ਤੁਸੀਂ ਉਹਦੀ ਕੁੱਟ ਨੂੰ ਤੂੰ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹੋ ਤਾਂ ਤੁਸੀਂ ਸੰਵੇਦਨਸ਼ੀਲ ਬੰਦੇ ਹੋ। ਇਹੀ ਖਤਮ ਹੋ ਗਈ। ਤੇ ਤੁਹਾਨੂੰ ਸੰਵੇਦਨਸ਼ੀਲਤਾ ਖਤਮ ਹੋ ਗਈ ਤੁਹਾਡੇ ਤੋਂ। ਮੈਂ ਉਹ ਸੰਵੇਦਨਸ਼ੀਲ ਬੰਦਾ ਹਾਂ। ਮੈਂ ਇਹ ਸਮਝਦਾ ਮਾਂ ਕਿ ਜਦੋਂ ਉਹ ਸਮਾਂ ਕੀ ਹੋਊਗਾ ਜਦੋਂ ਦਲਿਤ ਦੇ ਮੂਰੇ ਤੋੜੀ ਬਣ ਕੇ ਤੇ ਪਿੱਛੇ ਝਾੜੂ ਬਣ ਕੇ ਉਹਨਾਂ ਘਰਾਂ ਦੇ ਵਿੱਚੋਂ ਤੋੜਿਆ ਜਾਂਦਾ ਸੀ ਜਾਂ ਉਹਨਾਂ ਨੂੰ ਗਲੀਆਂ ਦੇ ਵਿੱਚੋਂ ਤੋੜਿਆ ਉੱਤੇ ਐ ਤੁਰਦੇ ਸੀਗੇ ਉਹਨਾਂ ਦੀ ਕਿੰਨੀਕ ਮਤਲਬ ਜਿਲਾ ਲੱਤ ਉਹਨਾਂ ਨੇ ਕਿੰਨੀਕ ਸਹਣੀ ਸਹੀ ਹੋਊਗੀ। ਦਰ ਇਹ ਚੀਜ਼ ਕੌਣ ਮਹਿਸੂਸ ਕਰੂਗਾ ਤੁਸੀਂ ਤੁਸੀਂ ਦੇਖਿਆ ਨਹੀਂ ਪੜ੍ਹਿਆ ਨਹੀਂ ਸੁਣਿਆ ਨਹੀਂ ਸਾਨੂੰ ਲੱਗਦਾ ਕਿ ਅਸਲ ਦੇ ਵਿੱਚ ਇਹ ਲੜਾਈ ਜਿਹੜੀ ਆ ਉਹ ਜਾਤਾਂ ਦੀ ਨਹੀਂ ਹੈ ਇਹ ਸੋਚ ਸਮਝ ਕੇ ਜਾਤਾਂ ਦੀ ਬਣਾਈ ਹੈ ਲੜਾਈ ਦੋ ਜਮਾਤਾਂ ਦੀ ਹੈ ਜਮਾਤ ਦੇ ਵਿੱਚ ਵੀ ਜਦੋਂ ਬੰਦਾ ਮਤਲਬ ਸਾਡੇ ਕਿੰਨੇ ਬਹੁਤ ਸਾਰੇ ਨੇ ਦਲਿਤ ਬੰਦੇ ਨੇ ਜਿਹੜੇ ਬਹੁਤ ਅਮੀਰ ਨੇ ਵੱਡੇ ਵੱਡੇ ਨੇ ਉਹ ਕਦੇ ਬੇੜੇ ਚਾਕੇ ਦੇਖਿਆ ਉਹਨਾਂ ਨੇ ਕਦੇ ਕਿਸੇ ਉਹਨਾਂ ਨੂੰ ਤਾਂ ਉਹਨਾਂ ਨੂੰ ਵੀ ਉਨਾ ਹੀ ਮੁਸ਼ਕਲ ਆਉਂਦਾ ਜਿੰਨਾ ਮਤਲਬ ਦੂਜੇ ਲੋਕਾਂ ਨੂੰ ਆਉਂਦਾ ਉੱਚੀ ਜਾਤੀ ਦੇ ਲੋਕਾਂ ਨੂੰ ਬੇੜੇ ਵਾਲਿਆਂ ਚ ਮੁਸ਼ਕਲ ਆਉਂਦਾ ਉਹਨਾਂ ਨੂੰ ਵੀ ਉਹਨਾਂ ਹੀ ਉਨਾ ਹੀ ਆਉਂਦਾ ਵਾ ਇਹਦਾ ਮਤਲਬ ਇਹ ਹੈ ਵੀ ਉਹਨਾਂ ਦੀ ਜਾਤ ਨਹੀਂ ਸੀਗੀ ਉਹਨਾਂ ਦੀ ਜਮਾਤ ਸੀ ਉਹ ਜਮਾਤ ਬਦਲ ਗਈ ਉਹਨਾਂ ਦੀ ਉਹ ਦੂਜੀ ਜਮਾਤ ਦੇ ਵਿੱਚ ਦਾਖਲ ਹੋ ਗਏ ਜਾ ਕੇ ਪਰ ਦੂਜੀ ਜਮਾਤ ਵਾਲੇ ਉਹਨਾਂ ਨੂੰ ਅਡਜਸਟ ਨਹੀਂ ਕਰਦੇ ਨਹੀਂ ਉਹ ਇਹਨਾਂ ਨੂੰ ਪਾਉਂਦਾ ਉਹਨਾਂ ਦੀ ਕਰਸਦੀ ਆ ਫਿਰ ਇਹ ਉਹਨਾਂ ਦੀ ਉਹਨਾਂ ਦੀ ਪ੍ਰੋਬਲਮ ਹੈ ਕਿਉਂਕਿ ਉਹਨਾਂ ਦੀ ਪਹਿਲੀ ਤਾਂ ਗੱਲ ਉਹਨਾਂ ਆਪਣੀ ਆਪਣੀ ਜਮਾਤ ਆਪਾਂ ਦੇਖਦੇ ਆ ਅ ਕੋਠੀ ਦੇ ਪੌਸ਼ ਏਰੀਆ ਚ ਲੈ ਤੇ ਉਹਨਾਂ ਨੂੰ ਵੀ ਉਹਨਾਂ ਦੇ ਹਿਸਾਬ ਨਾਲ ਨਾਂ ਰੱਖਣੇ ਪੈਂਦੇ ਨਾਂ ਰੱਖਣੇ ਪੈਂਦੇ ਇਹ ਇਹ ਵੀ ਗੱਲ ਹੈਗੀ ਆ ਨਾ ਉਹਨਾਂ ਨੇ ਵੀ ਉਦਾਂ ਹੀ ਨਾਮ ਰੱਖੇ ਹੋਏ ਆਪਣੇ ਉਹ ਜੇ ਤੁਸੀਂ ਫਿਲਮ ਦੇ ਵਿੱਚ ਦੇਖੋ ਅਸੀਂ ਮੈਂ ਉਹ ਵੀ ਗੱਲ ਕਰ ਦੇਣਾ ਵੀ ਅਸੀਂ ਚੰਮ ਫਿਲਮ ਦੇ ਵੀ ਸਾਡਾ ਇੱਕ ਕਰੈਕਟਰ ਹੈਗਾ ਜਿਹੜਾ ਮਤਲਬ ਵੱਡਾ ਅਫੀਸਰ ਬਣਿਆ ਅਗਸਟਡ ਅਫੀਸਰ ਲੱਗਿਆ ਉਹ ਸ਼ਹਿਰ ਤੋਂ ਬਾਹਰ ਜਾਂਦਾ ਹੈ ਜਦੋਂ ਸਾਡਾ ਮੇਨ ਬੰਦਾ ਜਿਹੜਾ ਕੀਪਾ ਹੈਗਾ ਉਹ ਉਹ ਮਤਲਬ ਪ੍ਰੋਬਲਮ ਦੇ ਵਿੱਚ ਹੈ ਉਹ ਪੁੱਛਣ ਜਾਂਦਾ ਉਹਨੂੰ ਵੀ ਚੱਲ ਯਾਰ ਜੇ ਉਹਨੂੰ ਹੱਡਾ ਰੋੜੀ ਦੀ ਬੋਲੀ ਲਈ 45000 ਰੁਪਏ ਦੇਣਾ ਪੈਂਦਾ ਹੈ ਸਾਰਾ ਕੁਝ ਇਕੱਠਾ ਕਰਕੇ ਉਹਨਾਂ ਕੋਲੇ ਨਹੀਂ ਹੁੰਦਾ ਤੇ ਅਲਟੀਮੇਟਲੀ ਉਹਨੂੰ ਇੱਕ ਰਾਹ ਦੀ ਨੈਵੀ ਉਹਦੀ ਭੂਆ ਦਾ ਮੁੰਡਾ ਜਿਹੜਾ ਹੈਗਾ ਵਾ ਉਹ ਬਹੁਤ ਵੱਡਾ ਅਫਸਰ ਲੱਗਿਆ ਹੋਇਆ ਤੇ ਉਹਨੂੰ ਮੰਗਦਾ ਇਹ ਲੱਟਰ ਪਟਰਮ ਨੂੰ ਅਸੀਂ ਖੜਾ ਛੱਡਣਾ ਮੈਂ ਇਹਦਾ ਉਹ ਤੇ ਇਹਦਾ ਮਤਲਬ ਹੈ ਉਹਦੀ ਕਲਾਸ ਬਦਲ ਗਈ ਹੈ ਕਾਸਟ ਤਾਂ ਹੈ ਹੀ ਨਹੀਂ ਉਹਦੀ ਮਤਲਬ ਇਹ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਅਸਲ ਦੇ ਵਿੱਚ ਜਦੋਂ ਆਪਾਂ ਇਸ ਗੱਲ ਨੂੰ ਮੈਂ ਇਸ ਗੱਲ ਤੋਂ ਕਦੇ ਨਹੀਂ ਮੁੱਕਰਦਾ ਵੀ ਕਾਸਟ ਨੂੰ ਪਾਸੇ ਰੱਖ ਦਿੱਤਾ ਜਾਵੇ ਨਹੀਂ ਰੱਖੀ ਜਾ ਸਕਦੀ ਕਾਸਟ ਦੇ ਮੁੱਦੇ ਨੂੰ ਮੁਖਾਤਬ ਹੋਣਾ ਪਊਗਾ ਇਹ ਵੱਡਾ ਮੁੱਦਾ ਹੈ ਜੀ ਪਰ ਲੜਾਈ ਕਾਸਟ ਦੇ ਨਾਲ ਨਹੀਂ ਲੜੀ ਜਾਊਗੀ ਐਸਸੀ ਵਰਸਸ ਸਵਰਨ ਨਹੀਂ ਲੜੀ ਜਾਊਗੀ ਲੜਾਈ ਕਲਾਸ ਦੇ ਮੁਤਾਬਕ ਹੀ ਲੜੀ ਜਾਊਗੀ ਇਹ ਸਮਝਣਾ ਪਊਗਾ ਲੋਕਾਂ ਨੂੰ ਇਹ ਗੱਲ ਕਰਨੀ ਪਊ ਜੇ ਕਾਸਟ ਦੇ ਹਿਸਾਬ ਤੇ ਲੜਨੀ ਹੋਈ ਲੜਨੀ ਹੁੰਦੀ ਤਾਂ ਫਿਰ ਮੈਂ ਸਾਡੀ ਤਾਂ ਸੀਰੀ ਫਿਲਮ ਉਹ ਹੈ ਜਿਹੜੀ ਅਸੀਂ ਮਤਲਬ ਕਿਸਾਨੀ ਕਿਸਾਨੀ ਤੇ ਮਤਲਬ ਦਲਿਤ ਪਰਿਵਾਰ ਨਾਲ ਜੁੜੀ ਹੈ ਚੰਮ ਫਿਲਮ ਉਹ ਹੈ ਤੇ ਈਬਨ ਜਿਹੜੀਆਂ ਅੱਗੇ ਸਾਡੀਆਂ ਫਿਲਮਾਂ ਆ ਰਹੀਆਂ ਦੋ ਫਿਲਮਾਂ ਦੇ ਵਿੱਚ ਸਾਡਾ ਇੱਕ ਦੋ ਪ੍ਰੋਜੈਕਟ ਹੋਰ ਚੱਲ ਲੱਗੇ ਨਾਲ ਉਹ ਵੀ ਅਸੀਂ ਇਸ ਸਮੱਸਿਆ ਨੂੰ ਲੈ ਕੇ ਆ ਔਰ ਸੋਚ ਕੇ ਸੀ ਕਰ ਰਹੇ ਆ ਵੀਰ ਜਿਨ੍ਹਾਂ ਲੋਕਾਂ ਦੀ ਕੋਈ ਗੱਲ ਨਹੀਂ ਕਰ ਰਿਆ ਜਿਨ੍ਹਾਂ ਲੋਕਾਂ ਨੂੰ ਮਤਲਬ ਕੋਈ ਸੁਣ ਜਿਨ੍ਹਾਂ ਦੀ ਜਿਨ੍ਹਾਂ ਨੂੰ ਸਿਰਫ ਵੋਟ ਪਰਚੀਆਂ ਤੁਹਾਡੇ ਲਈ ਪੰਜ ਸਾਲਾਂ ਦੇ ਵਿੱਚ ਜੀ ਤੇ ਉਹਨਾਂ ਲੋਕਾਂ ਦੀ ਗੱਲ ਕੌਣ ਕਰੂਗਾ ਸਾਹਿਤਕਾਰ ਨਹੀਂ ਕਰਨਗੇ ਇੰਟੈਲੈਕਚੁਅਲ ਨਹੀਂ ਕਰਨਗੇ ਬੁੱਧੀਜੀਵੀ ਨਹੀਂ ਕਰਨਗੇ ਕੌਣ ਕਰੂਗਾ ਐਂ ਗੱਲਾਂ ਕਰਕੇ ਵੀ ਉਹ ਕਾਮਰੇਡ ਆ ਉਹ ਮਤਲਬ ਦੂਜਾ ਵਾ ਉਹ ਤੀਜਾ ਵਾ ਐਂ ਕਰਕੇ ਤੁਸੀਂ ਭੰਡੀ ਚੱਲੋ ਸਾਰਿਆਂ ਨੂੰ ਨਹੀਂ ਪਰ ਇੱਕ ਇੱਕ ਸੋਸਾਇਟੀ ਦੇ ਵਿੱਚ ਡਿਪਰੈਸ਼ਨ ਪਿਆ ਹੋਇਆ ਬੰਦਾ ਜਿਹੜਾ ਬੁੱਧੀਜੀਵੀ ਜਿਹਨਾਂ ਤੁਸੀਂ ਗੱਲ ਕਰਦੇ ਹੋ ਯੂਨੀਵਰਸਿਟੀਾਂ 'ਚ ਬੈਠਿਆ ਕੋਈ ਗੱਲ ਹੀ ਨਹੀਂ ਕਰ ਰਿਹਾ ਕੋਈ ਬੋਲ ਹੀ ਨਹੀਂ ਰਿਹਾ ਮਤਲਬ ਆਪਣੇ ਪੱਧਰ ਤੇ ਯੂਨੀਵਰਸਿਟੀ 'ਚ ਕੁਝ ਹੋ ਰਿਹਾ ਤੁਸੀਂ ਤਾਂ ਚਲੋ ਜਾ ਰਹੇ ਹੋ ਪਿੰਡਾਂ 'ਚ ਫਿਲਮ ਲੈ ਕੇ ਜਾ ਰਹੇ ਹੋ ਕਿੰਨੇ ਕ ਪਿੰਡਾਂ ਤੱਕ ਚਲੇ ਜਾਓਗੇ ਫਿਲਮਾਂ ਲੈ ਕੇ ਮੈਨੂੰ ਐ ਲੱਗਦਾ ਹੈਪੀ ਭਗਤਾ ਜੀ ਵੀ ਇਹ ਇਹ ਵੀ ਗੱਲ ਤੁਹਾਡੀ ਠੀਕ ਹੈ ਵੀ ਕਿੰਨੇ ਕ ਤੱਕ ਚਲੇ ਜਾਵਾਂਗੇ ਪਰ ਆਪਾਂ ਇਹ ਸੋਚ ਕੇ ਨਹੀਂ ਬੈਠ ਸਕਦੇ ਵੀ ਕਿੰਨੇ ਕ ਤੱਕ ਜਾਵਾਂਗੇ ਜਿੰਨੇ ਕ ਤੱਕ ਜਾ ਸਕਦੇ ਆ ਜਿੰਨੇ ਕ ਤੁਹਾਡੀ ਪਹੁੰਚ ਆ ਜਿਨਨੇ ਉੱਪਰ ਲਗਾਤਾਰਤਾ ਵੀ ਰੱਖਣੀ ਪੈਣੀ ਹੈ ਨਾ ਆ ਲਗਾਤਾਰਤਾ ਤੁਸੀਂ ਇੱਕ ਪਿੰਡ ਚੱਕ ਵਾਰ ਹੀ ਗਏ ਅਗਲੀ ਵਾਰ 2 ਸਾਲਾਂ ਬਾਅਦ ਜਾ ਰਹੇ ਹੋ ਤਾਂ ਟੁੱਟ ਜਾਣਾ ਸਾਰਾ ਕੁਝ ਫੇਰ ਨਹੀਂ ਉਹਦੇ ਵੀ ਲਈ ਉਹਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਹ ਗੱਲ ਜ਼ਰੂਰੀ ਹੈ ਮੈਂ ਇੱਕ ਗੱਲ ਜਰੂਰ ਮਤਲਬ ਕਰਨਾ ਚਾਹੁੰਨਾ ਕਿ ਨਾ ਇੱਕ ਇੱਕਾ ਅਕਸ਼ਾ ਨੈਟਵਰਕ ਦੀ ਜ਼ਰੂਰਤ ਹੈ ਜੀ ਲੋਕਾਂ ਨੂੰ ਆਪਣਾ ਇੱਕ ਮਤਲਬ ਅਸੀਂ ਮੈਂ ਇੱਕ ਥਾਂ ਤੇ ਨਾਟਕ ਕਰਕੇ ਆਇਆ ਨਾਟਕ ਕਰਨ ਤੋਂ ਬਾਅਦ ਉਹ ਨਸ਼ਿਆਂ ਦੇ ਖਿਲਾਫ ਨਾਟਕ ਸੀ 2012 ਦੀ ਗੱਲ ਹੈ ਤੇ ਪਟਿਆਲੇ ਦੇ ਲਾਗੇ ਮੈਂ ਇੱਕ ਪਿੰਡ ਚ ਨਾਟਕ ਕਰਕੇ ਆਇਆ ਹੂੰ ਉਸ ਜਦੋਂ ਅਸੀਂ ਨਾਟਕ ਕਰਨ ਗਏ ਤਾਂ ਉੱਥੇ ਪਿੰਡ ਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਮਤਲਬ दारू-ਦਰੂ ਪੀਤੀ ਹੋਈ ਸੀ ਨਸ਼ਾ ਕੀਤਾ ਸੀ ਮੇਲ ਮੈਂਬਰਸ ਨੇ ਬਹੁਤ ਆਲਮੋਸਟ ਅਸੀਂ ਉਹਨਾਂ ਨੂੰ ਕਿਹਾ ਅਸੀਂ ਨਾਟਕ ਨਹੀਂ ਕਰਨਾ ਹੂੰ ਕੋ ਪ੍ਰਬੰਧਕ ਕਹਿੰਦੇ ਨਾ ਕਰੋ ਯਾਰ ਉਹ ਬੰਦਾ ਮੈਨੂੰ ਪਾਸੇ ਲਿਜਾ ਕੇ ਕਹਿੰਦਾ ਕਹਿੰਦਾ ਯਾਰ ਜਿਹਨਾਂ ਨਸ਼ੇ ਨਹੀਂ ਕਰਦੇ ਆ ਉਹਨਾਂ ਨੂੰ ਨਾਟਕ ਦਿਖਾਉਣ ਦਾ ਮਤਲਬ ਕੀ ਆ ਹੂੰ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਕੁਝ ਦਿਖਾਉਂਗੇ ਚਤਤਨ ਕਿ ਤਾਉਂਗੀ ਨਾ ਔਰ ਸਾਨੂੰ ਗੱਲ ਜੱਚੀ ਅਸੀਂ ਕਿਹਾ ਯਾਰ ਵੀ ਸਾਨੂੰ ਇੱਕ ਪ੍ਰੋਬਲਮ ਏ ਆ ਵੀ ਸਾਡੇ ਨਾਲ ਬੱਚੀਆਂ ਨੇ ਔਰਤਾਂ ਨੇ ਭੈਣਾਂ ਨੇ ਸਾਡੀਆਂ ਵੀ ਇਹ 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 ਨਹੀਂ ਅਸੀਂ ਜੇ ਕੱਲ ਕੋਈ ਇਥੇ ਨਾਟਕ ਚੱਲਦੇ ਤੇ ਇਹਨੂੰ ਇਜ਼ਤ ਕਰ ਰਹੇ ਤੇ ਫਿਰ ਸਾਨੂੰ ਬਰਦਾਸ਼ਤ ਨਹੀਂ ਹੋਣਾ ਉਹ ਕਹਿੰਦਾ ਇਹ ਗਰੰਟੀ ਸਾਡੀ ਹੈ ਚਲੋ ਅਸੀਂ ਨਾਟਕ ਖੇਡੇ ਆ ਉੱਥੇ ਤੇ ਬਾਅਦ ਦੇ ਵਿੱਚ ਉਸ ਦਿਨ ਰਾਤੀ ਗੁਰਸ਼ਰਨ ਭਾਜੀ ਦੀ ਡੈਥ ਹੁੰਦੀ ਆ ਜੀ ਤੇ 3 ਤਰੀਕ ਨੂੰ ਮਤਲਬ 28 27 ਸਤੰਬਰ ਦੀ ਗੱਲ ਹੈ ਤੇ 3 ਅਕਤੂਬਰ ਨੂੰ ਚੰਡੀਗੜ੍ਹ ਦੇ ਵਿੱਚ ਜਦੋਂ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੋਇਆ ਤਾਂ ਮੈਂ ਵੀ ਉਸ ਚ ਗਿਆ ਤੇ ਉੱਥੇ ਜਿਹੜੇ ਪ੍ਰਬੰਧਕ ਵੀ ਆਏ ਸੀਗੇ ਇਹਨਾਂ ਨਾਟਕ ਕਰਾ ਜਿਹਨਾਂ ਨਾਟਕ ਕਰਵਾਇਆ ਸੀ ਤੇ ਉਹਨਾਂ ਨੇ ਕਿਹਾ ਮੈਨੂੰ ਕਹਿੰਦੇ ਵੀ ਅਸੀਂ ਯਾਰ ਤੁਹਾਡੇ ਕੋਲ ਮੁੱਲਾਂਪੁਰ ਪਿੰਡ ਆਉਣਾ ਸੀ ਤੁਹਾਡੇ ਧੰਨਵਾਦ ਕਰਨ ਲਈ ਮੈਂ ਕਿਹਾ ਕਿਉਂ ਕੀ ਗੱਲ ਹੋਗੀ ਕਹਿੰਦਾ ਯਾਰ ਤੁਹਾਡਾ ਨਾਟਕ ਦੇਖਣ ਤੋਂ ਬਾਅਦ ਸਾਡੇ ਪਿੰਡ ਦੇ 25 ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਧੀ ਪਈ ਅਸੀਂ ਅੱਜ ਤੋਂ ਬਾਅਦ ਨਸ਼ੀ ਨਹੀਂ ਕਰਾਂਗੇ ਕਬੱਡੀ ਖੇਡਾਂਗੇ ਅੱਛਾ ਹੁਣ ਮੈਂ ਕਿਹਾ ਵੀ ਯਾਰ ਇੱਕ ਤਾਂ ਦੇਖੋ ਕਿਸੇ ਕਲਾਕਾਰ ਲਈ ਤਾਂ ਵੱਡੀ ਖੁਸ਼ ਵੱਡੀ ਗੱਲ ਵੱਡੀ ਗੱਲ ਕੀ ਹੋ ਸਕਦੀ ਹੈ ਨਾ ਮੈਂ ਗੱਦਗਦ ਹੋ ਜਾਂਦਾ ਜਿਵੇਂ ਬੰਦਾ ਪਰ ਮੈਂ ਉਹਨਾਂ ਨੂੰ ਇੱਕ ਗੱਲ ਇਹ ਜ਼ਰੂਰ ਕਹੀ ਵੀ ਭਾਈ ਜੀ ਅਸੀਂ ਆਪਣਾ ਕੰਮ ਥੋੜਾ ਘਮ ਸ਼ੁਰੂ ਆ ਇੰਨੀ ਕ ਗੱਲ ਨਹੀਂ ਨਾਲ ਨਹੀਂ ਸਰਨਾ ਇਹ ਤੇ ਉਹਨਾਂ ਨੇ ਇੱਕਦਮ ਭਾਵਕ ਹੋ ਕੇ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਸੋਹ ਖਾ ਲਈ ਤੇ ਛੱਡ ਤਾ ਇਹਨੂੰ ਉਹਨਾਂ ਦੇ ਲਈ ਅੰਦਰ ਨਾਲ ਨਾਲ ਲਗਾਤਾਰਤਾ ਰੱਖਣੀ ਪਊਗੀ ਉਹਨਾਂ ਨੂੰ ਉਹਨਾਂ ਦੇ ਅੰਦਰ ਉਹ ਚੀਜ਼ਾਂ ਭਰਨੀਆਂ ਪੈਣਗੀਆਂ ਜਿਹੜੀਆਂ ਚੀਜ਼ਾਂ ਤੇ ਉਹ ਦੂਜੀਆਂ ਬਾਹਰ ਕੱਢਣੀਆਂ ਪੈਣਗੀਆਂ ਜਿਹੜੀਆਂ ਉਹਨਾਂ ਨੇ ਇਸ ਪਾਸੇ ਤੱਕਦੀਆਂ ਹੂੰ ਇਹ ਅਸੀਂ ਨਹੀਂ ਕਰ ਸਕਦੇ ਇੱਥੇ ਜਾ ਕੇ ਸਾਡਾ ਕੰਮ ਨਾਟਕ ਕਰਨਾ ਜੀ ਸਾਡਾ ਕੰਮ ਲੋਕਾਂ ਨੂੰ ਚੇਤਨਨ ਕਰਨਾ ਵਾ ਉਸ ਅਗਲੀ ਸੈਟਅਪ ਤੇ ਜਾਣ ਲਈ ਤੁਹਾਨੂੰ ਇੱਕ ਨੈਟਵਰਕ ਦੀ ਬਿਲਕੁਲ ਜ਼ਰੂਰਤ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਕਿ 2 ਸਾਲਾਂ ਬਾਅਦ ਫਿਰ ਉੱਥੇ ਹੋਊਗਾ ਹੁਣ ਇਹ ਸਾਰਾ ਕੰਮ ਅਸੀਂ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਐ ਸੋਚੀ ਵੀ ਅਸੀਂ ਆਹ ਨਹੀਂ ਕਰ ਸਕਦੇ ਉਹ ਜਿੰਨਾ ਤੁਸੀਂ ਕਰ ਸਕਦੇ ਹੋ ਮੈਨੂੰ ਲੱਗਦਾ ਕਿ ਸਾਡੇ ਕੋਲ ਜਿਹੜਾ ਮੇਰੇ ਕੋਲ ਫਿਲਮ ਦਾ ਹਥਿਆਰ ਹੈ ਮੇਰੇ ਕੋਲ ਨਾਟਕ ਦਾ ਹਥਿਆਰ ਹੈ ਮੈਂ ਉਹ ਹਥਿਆਰ ਵਰਤੂੰਗਾ ਹਥਿਆਰ ਦਾ ਮਤਲਬ ਸਿਰਫ ਲੜਨਾ ਹੀ ਨਹੀਂ ਹੈਗਾ ਮਾਧਿਅਮ ਮੇਰੇ ਕੋਲ ਮੈਂ ਇਹ ਕਹਦਣਾ ਵੀ ਮਾਧਿਅਮ ਮੇਰੇ ਕੋਲੇ ਨਾਟਕ ਦਾ ਵਾ ਫਿਲਮ ਦਾ ਹੈਗਾ ਮੈਂ ਉਸ ਮਾਧਿਅਮ ਰਾਹੀਂ ਲੋਕਾਂ ਤੱਕ ਆਪਣੀ ਗੱਲ ਕਰੂੰਗਾ ਚਾਹੇ ਉਹ ਇੱਕ ਤੇ ਅਸਰ ਹੋਵੇ ਦੋ ਤੇ ਹੋਵੇ ਨਾ ਵੀ ਹੋਏ ਤਾਂ ਵੀ ਨਰਾਜ਼ਤਾ ਨਹੀਂ ਹੈਗੀ ਪਰ ਤੁਸੀਂ ਲਗਦਾ ਆਪਣੀ ਗੱਲ ਰੱਖਦੇ ਰਹਿਣਾ ਜਾਂਦੇ ਜਾਂਦੇ ਇੱਕ ਸਵਾਲ ਹੋ ਲਾਸਟ ਕੇ ਜਿਵੇਂ ਤੁਸੀਂ ਕਿਹਾ ਕਿ ਮੈਂ ਹਿਮਾਚਲ ਤੋਂ ਆ ਕੇ ਪੰਜਾਬੀ ਬੋਲੀ ਸਿੱਖੀ ਫਿਰ ਪੜਿਆ ਫਿਰ ਪੰਜਾਬ ਦਾ ਇਤਿਹਾਸ ਗੁਰੂ ਇਤਿਹਾਸ ਹੋਵੇ ਜਾਂ ਸ਼ਹੀਦਾਂ ਦਾ ਸਾਰਾ ਕੁਝ ਤੁਸੀਂ ਪੜਿਆ ਪਰ ਪੰਜਾਬ ਦੇ ਮੁੰਡੇ ਅੱਜ ਕੱਲ ਜਿਵੇਂ ਤੁਸੀਂ ਟੂਟੀਆਂ ਦੀ ਗੱਲ ਕਰਦੇ ਹੋ ਕਿ ਕੰਨਾਂ 'ਚ ਮੋਬਾਈਲ ਲਾਏ ਆ ਗਾਣੇ ਚੱਲ ਰਹੇ ਆ ਹਨਾ ਤਾਂ ਉਹਨਾਂ ਲਈ ਕੀ ਸੁਨੇਹਾ ਹੈ ਕਿ ਪੜ੍ਹਨਾ ਕਿੰਨਾ ਕੁ ਲਾਜ਼ਮੀ ਹੈ ਮੈਂ ਕਹਿੰਨਾ ਬਹੁਤ ਜ਼ਿਆਦਾ ਲਾਜ਼ਮੀ ਹੈ ਔਰ ਪੜ੍ਹਨਾ ਪਹਿਲੀ ਗੱਲ ਤੇ ਹੈਗੀ ਆ ਮੈਂ ਇੱਕ ਬਹੁਤ ਮਤਲਬ ਸਨਮਰ ਬੇਨਤੀ ਵੀ ਕਰਦਾ ਪੰਜਾਬ ਦੇ ਨੌਜਵਾਨਾਂ ਨੂੰ ਵੀ ਤੁਸੀਂ ਕਿਤਾਬਾਂ ਪੜੋ ਤੁਸੀਂ ਕੁਝ ਨਹੀਂ ਪੜ ਸਕਦੇ ਤੁਸੀਂ ਰੀਜ਼ ਨਾਲ ਆਪਣੇ ਸਲੇਵਜ਼ ਦੀਆਂ ਕਿਤਾਬਾਂ ਹੀ ਪੜ ਲਓ ਉਹ ਵੀ ਬਹੁਤ ਵੱਡੀ ਗੱਲ ਆ ਜੀ ਅਸੀਂ ਉਹ ਵੀ ਨਹੀਂ ਪੜਦੇ ਅਸੀਂ ਉਹਦੇ ਲਈ ਵੀ ਮਤਲਬ ਚਲੋ ਸਾਨੂੰ ਪਤਾ ਉਹ ਉਹਦੇ ਵਿੱਚ ਵੀ ਉਹ ਉਸ ਕਿਸਮ ਦਾ ਹੈਗਾ ਤੇ ਦੂਜੀਆਂ ਜਿੰਨਾ ਚਿਰ ਤੱਕ ਤੁਸੀਂ ਚੰਗਾ ਲਿਟਰੇਚਰ ਨਹੀਂ ਪੜਦੇ ਮੈਨੂੰ ਲੱਗਦਾ ਤੁਹਾਡਾ ਤੁਸੀਂ ਚੰਗੀ ਜ਼ਿੰਦਗੀ ਨਹੀਂ ਜਿਉ ਸਕਦੇ ਸਭ ਤੋਂ ਵਧੀਆ ਅਸੀਂ ਮੈਂ ਇੱਥੇ ਬੈਠਾ ਮਾਂ 5 5-6ਵੇਂ ਕਰੀ ਬੈਠਾ ਮਾਂ ਨਾ ਪੀਐਚਡੀ ਕਰ ਰਹੀ ਹਾਂ ਮੈਂ ਤੇ ਮੈਂ ਉਹ ਵੀ ਪੜ੍ਹ ਰਹੀ ਹਾਂ ਮੈਂ ਦੂਜਾ ਲਿਟਰੇਚਰ ਜਿਹੜਾ ਹੈਗਾ ਮੈਂ ਤਾਂ ਕਹਿ ਰਹੀ ਹਾਂ ਕਿ ਮੈਨੂੰ ਜ਼ਿੰਦਗੀ ਜਿਉਣੀ ਉਸ ਨੇ ਸਿਖਾਈ ਅੱਜ ਨੂੰ ਮਤਲਬ ਮਤਲਬ ਕਿਤਾਬਾਂ ਨਾ ਹੁੰਦੀਆਂ ਤਾਂ ਮੈਂ ਸੱਚੀ ਨਾ ਹੁੰਦਾ ਇਸ ਦੁਨੀਆ 'ਚ ਨਾ ਹੁੰਦਾ ਇੰਨੇ ਡਿਪਰੈਸ਼ਨ ਇੰਨੇ ਪ੍ਰੈਸ਼ਰ ਤੋਂ ਲੰਘ ਰਹੇ ਹਾਂ ਪਰ ਉਹ ਇਹ ਕਿਤਾਬਾਂ ਬਚਾ ਕੇ ਰੱਖਦੀਆਂ ਚੰਗੀਆਂ ਫਿਲਮਾਂ ਬਚਾ ਕੇ ਰੱਖਦੀਆਂ ਚੰਗੇ ਨਾਟਕ ਬਚਾ ਕੇ ਰੱਖਦੇ ਆ ਮੈਂ ਹੁਣ ਪੰਜਾਬੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 2 ਦਿਨ ਦੇ ਵਿੱਚ 24 ਨਾਟਕ ਵੇਖ ਕੇ ਆਇਆ 2 ਦਿਨ ਇੱਥੇ ਫੈਸਟੀਵਲ ਚੱਲਿਆ ਨੈਸ਼ਨਲ ਫੈਸਟੀਵਲ ਸੀਗਾ ਪਤਾ ਵੀ ਲੱਗਿਆ ਕਿ ਤੁਸੀਂ ਕਿੱਥੇ ਤੁਰੇ ਫਿਰਦੇ ਹੋ ਦੁਨੀਆ ਕਿੱਥੇ ਨਾਟਕਾਂ ਦੇ ਵਿੱਚ ਵੀ ਕਿੱਥੇ ਤੁਰੇ ਫਿਰਦੀਆਂ ਰੀਫਰੈਸ਼ ਹੁੰਨੇ ਹੋ ਅਚੀਆਂ ਫਿਲਮਾਂ ਆਉਂਦੀਆਂ ਮੈਂ ਲਪਤਾ ਲੇਡੀਜ਼ ਫਿਲਮ ਦੇਖ ਕੇ ਆਇਆ 12th ਫੇਲ ਫਿਲਮ ਦੇਖ ਕੇ ਆਇਆ ਤੁਹਾਨੂੰ ਲੱਗਦਾ ਕਿ ਯਾਰ ਫਿਲਮਾਂ ਵੀ ਹੈ ਪਈਆਂ ਤਾਂ ਹੈਗੀਆਂ ਕਿਉਂ ਨਹੀਂ ਹੈਗੀਆਂ ਫਿਲਮਾਂ ਬਹੁਤ ਕੁਝ ਹੈ ਤੁਹਾਨੂੰ ਰੀ ਤਹਾਨੂੰ ਜ਼ਿੰਦਗੀ ਜਿਉਣ ਦਾ ਚੱਜ ਵੀ ਸਿਖਾਉਂਦਾ ਹੈ ਉਹ ਸੱਚੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਤਾਂ ਮਤਲਬ ਕਿੰਨੀ ਅੱਛੀ ਕਵਤਾ ਲਿਖਦੇ ਸੀਗੇ ਉਹ ਵੀ ਤਾਂ ਸਾਹਿਦੇ ਰਸਿਆ ਸੀ ਭਗਤ ਸਿੰਘ ਤਾਂ ਪੜਦਾ ਹੀ ਸੀਗਾ ਹੋਰ ਕਿੰਨਾ ਬਾਬਾ ਨਾਨਕ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਕਿੰਨਾ ਕੁਝ ਉਹ ਲੈ ਕੇ ਆਏ ਅੱਜ ਮਤਲਬ ਪੰਜਾਬ ਦਾ ਤਾਂ ਆਧਾਰ ਉਹਦੇ ਤੇ ਪੰਜਾਬ ਤਾਂ ਉਹਨਾਂ ਦੇ ਮਤਲਬ ਵਿਚਾਰ ਤਾਂ ਰਤ ਉਹਨਾਂ ਦੇ ਸਿਰ ਤੇ ਟਿਕਿਆ ਹੋਇਆ ਇਹਨੂੰ ਆਪਾਂ ਨਗਲੈਕਟ ਥੋੜਾ ਕਰ ਸਕਦੇ ਆ ਪਰ ਜਦੋਂ ਅਸੀਂ ਉਹਦੀ ਮਤਲਬ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ ਸਿਰਫ ਮੱਥਾ ਟੇਕ ਕੇ ਕਹਿ ਦਈਏ ਵੀ ਅਸੀਂ ਮਤਲਬ ਇਹ ਤੋਂ ਬਾਅਦ ਅਸੀਂ ਬਸ ਸੁਰਖਰੂ ਹੋ ਗਏ ਮੈਨੂੰ ਲੱਗਦਾ ਹਰਗिज ਨਹੀਂ ਪੰਜਾਬ ਦੇ ਸੱਚੀ ਮੁੱਚੀ ਨੌਜਵਾਨਾਂ ਨੂੰ ਬਚਾਉਣਾ ਹੈ ਚਿੱਟੇ ਨੇ ਤਬਾਹੀ ਮਚਾਈ ਹੋਈ ਆ ਤਾਂ ਸ਼ਬਦ ਗੁਰੂ ਦੇ ਨਾਲ ਜੁੜਨਾ ਪੈਣਾ ਮਤਲਬ ਤਾ ਕਹਿ ਦਿੰਨਾ ਬਿਲਕੁਲ ਤਾਂ ਫਿਰ ਉਹਨਾਂ ਨੂੰ ਉਹਨੂੰ ਸ਼ਬਦਾਂ ਦੇ ਨਾਲ ਕੁਝ ਜੁੜਨਾ ਪਊਗਾ ਉਹਨੂੰ ਕਿਤਾਬਾਂ ਦੇ ਨਾਲ ਜੁੜਨਾ ਪਊਗਾ ਉਹਨੂੰ ਅੱਖਰਾਂ ਦੇ ਨਾਲ ਸਾਂਝ ਪਾਣੀ ਪਊਗੀ ਇਹ ਸਭ ਤੋਂ ਵੱਡੀ ਲੋੜ ਆ ਬਾਕੀ ਚੀਜ਼ਾਂ ਦੇ ਨਾਲ ਨਾਲ ਇਹ ਵੀ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ ਇਸ ਪ੍ਰੋਗਰਾਮ ਦੇ ਚੌਣ ਲਈ ਥੈਂਕ ਯੂ ਹੈਪੀ ਪਖਤਾ ਜੀ ਤੁਹਾਡਾ ਵੀ ਸਰਿੰਦਰ ਸ਼ਰਮਾ ਅਕਸਰ ਤੁਸੀਂ ਪਿੰਡਾਂ ਦੇ ਵਿੱਚ ਤੁਹਾਡੇ ਪਿੰਡਾਂ ਦੇ ਵਿੱਚ ਵੀ ਆਉਂਦੇ ਹੋਣਗੇ ਤਾਂ ਇਹੋ ਜਿਹੇ ਜਿਹੜੇ ਰੰਗਰਮੀ ਨੇ ਜਾਂ ਪੰਜਾਬ ਪ੍ਰਤੀ ਜਾਂ ਸਮਾਜ ਪ੍ਰਤੀ ਚੰਗਾ ਸੋਚਦੇ ਨੇ ਤਾਂ ਉਹਨਾਂ ਦੀ ਸਮਝ ਨੂੰ ਸਮਝਣਾ ਚਾਹੀਦਾ ਹੈ ਤੇ ਅਸੀਂ ਆਪਣੇ ਬੱਚਿਆਂ ਤੱਕ ਇਸ ਸਮਝ ਨੂੰ ਲੈ ਕੇ ਜਾਈਏ ਤਾਂ ਕਿ ਅਸੀਂ ਸੋਹਣਾ ਸਮਾਜ ਸਿਰਜਣ ਦੇ ਇੱਕ ਜਿਹੜੇ ਆਪਾਂ ਕਹਈਏ ਕਿ ਅਸੀਂ ਵੀ ਉਸ ਦੀ ਲੀਹ ਦੇ ਵਿੱਚ ਪੈ ਸਕੀਏ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਦਿਲਦਾਰ ਬੰਦੇ ਮਿਲਾਂਦੇ ਰਾਂਗੇ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਪਕਤਾ